Yeah.
Okay.
किसके सिरे उतरे तू स्वामी, किसके सिरे उतरे तू स्वामी, जिसके सिरे उतरे तू स्वामी, सो दुख कैसा thank you.
Thank you.
Shri Vahe Guru Sahib Ji, Iko Ankar Satnam Karta Purakh, Nirbho Nirvair Akal Murat, Ajuni Sahangur Prasad, Tere Kavan Kavan Gun Keh Keh Gaava, Tum Sahib Guni Nidana, Tumri Mehma Bardana Saakon. Tum Thakur Pooj Bhagwana, Param Sanman Yog Jugo Jugya Tal Chavar Shatar Takht Malik Das Parshanyan Di Jot Shabd Guru Tan Shri Guru Granth Sahib Sache Parshan Ji Di ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਵਿੱਚ ਬੜੇ ਚਿਰਾਂ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਆਪ ਵਡਭਾਗੇ ਹੋ ਧੰਤਾ ਦੇ ਪਾਤਰ ਹੋ ਕੋਈ ਆਣ ਮਿਲਾ ਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿੱਚ ਆਈ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਸਤਿਗੁਰੂ ਜੀ ਤਿਨਾਂ ਦੇ ਮੁਖਾਰਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰਮੁਖ ਪਿਆਰਿਆਂ ਪਾਸੋਂ ਆਪ ਸੰਤਾਂ ਨੇ ਸਰਵਣ ਕੀਤਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਾਮ ਦੇ ਦੀਵਾਨਾਂ ਵਿੱਚ ਇੱਕ ਕੋਸ਼ਿਸ਼ ਕੀਤੀ ਗਈ ਇਸ ਸਥਾਨ ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਵਿਸਾਖੀ ਦਾ ਦਿਹਾੜਾ ਆਇਆ ਸਾਨੂੰ ਪਤਾ ਹੋਵੇ ਕਿ ਪੰਜ ਪਿਆਰਿਆਂ ਦੇ ਨਾਵਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੀ ਰਮਸ ਪਾਈ ਹੈ ਪੰਜ ਕਰਤਾਰਾਂ ਦੀ ਸਿੱਖੀ ਦੇ ਵਿੱਚ ਖਾਲਸੇ ਦੇ ਜੀਵਨ ਦੇ ਵਿੱਚ ਕੀ ਮਾਨਤਾ ਹੈ ਤੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜਣ ਸਮੇਂ ਵਿਸਾਖੀ ਦਾ ਹੀ ਦਿਹਾੜਾ ਕਿਉਂ ਚੁਣਿਆ ਇਸ ਤਰ੍ਹਾਂ ਕਈ ਦਿਨ ਲਗਾਤਾਰ ਵੱਖ ਵੱਖ ਵਿਸ਼ਿਆਂ ਦੀ ਵਿਚਾਰ ਚੱਲਦੀ ਰਹੀ ਅੱਜ ਵੀ ਕੁਝ ਇਸੇ ਤਰ੍ਹਾਂ ਦੇ ਵਿਸ਼ਿਆਂ ਦੇ ਨਾਲ ਆਪਾਂ ਸਾਂਝ ਪਾਵਾਂਗੇ ਕੁਝ ਮਿਲਦੀਆਂ ਜੁਲਦੀਆਂ ਹੋਰ ਵਿਚਾਰਾਂ ਜਿਹਦਾ ਸੰਬੰਧ ਵਿਸਾਖੀ ਦੇ ਨਾਲ ਹੈ ਅਮਰ ਦੇ ਨਾਲ ਹੈ ਇਹਨਾਂ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਪਿਆਰੇ ਸਾਧ ਸੰਗਤ ਜੀ ਇਕਾਗਰਤਾ ਦੀ ਦਾਤ ਬਖਸ਼ਦਿਆਂ ਹੋਇਆ ਗੁਰੂ ਸਾਹਿਬ ਜੀ ਨੂੰ ਝੁਕਾਈਏ ਸੀਸ ਕੋਈ ਦੱਸਣਾ ਵਾਂਢੀ ਨਾ ਰਹੇ ਗਵਾਓ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪ੍ਰੇਮ ਦੇ ਨਾਲ ਇੱਕ ਬਚਨ ਪੜ੍ਹਿਆ ਜਾਂਦਾ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ਼ ਦਿਓ ਮੈਂ ਸਾਰਾ ਖਾਲਸਾ ਨਿਆਰਾ ਹੈ ਖਾਲਸਾ ਸਭ ਤੋਂ ਨਿਆਰਾ ਹੈ ਪਰ ਕਿਤੇ ਕਿਤੇ ਨਿਆਰੇ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਗਏ ਕਿ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਈਸਾਈ ਤੇ ਖਾਲਸਾ ਵੱਖਰਾ ਹੈ ਨਿਆਰਾ ਹੈ ਥੋੜ੍ਹੇ ਜਿਹੇ ਅਰਥ ਕਿਤੇ ਗਲਤ ਹੋਏ ਨਹੀਂ ਨਿਆਰੇ ਦਾ ਭਾਵ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੇ ਵਿੱਚ ਨਹੀਂ ਬੈਠਣਾ ਉਹਨਾਂ ਦੇ ਨਾਲ ਨਹੀਂ ਰਹਿਣਾ ਉਹਨਾਂ ਦੇ ਨਾਲ ਕੋਈ ਸਾਂਝ ਨਹੀਂ ਪਾਉਣੀ ਉਹਨਾਂ ਦੇ ਨਾਲ ਪ੍ਰੇਮ ਨਹੀਂ ਕਰਨਾ ਨਿਆਰੇ ਦੇ ਅਰਥ ਇਹ ਨਹੀਂ ਕੀਤੇ ਜਾਣੇ ਚਾਹੀਦੇ ਨਿਆਰੇ ਦੇ ਅਰਥ ਦੇਖੋ ਕੀ ਹਨ ਖਾਲਸਾ ਗੁਰੂ ਕਾ ਸਿੱਖ ਗੁਰੂ ਕਾ ਸਿੰਘ ਕਿਤੇ ਵੀ ਰਹਿ ਰਿਹਾ ਆਪਣੇ ਆਪ ਨਿਆਰਾ ਕਿਵੇਂ ਬਣ ਜਾਂਦਾ ਹੈ ਆਪਣੇ ਆਪ ਨਿਆਰਾ ਕਿਤੇ 10 ਜਾਣੇ ਇੱਕੋ ਥਾਂ ਤੇ ਡਿਊਟੀ ਕਰ ਰਹੇ ਹਨ ਉਹਨਾਂ ਵਿੱਚੋਂ 9 ਦਾ ਸੁਭਾਅ ਇਹ ਹੈ ਕਿ ਜਿੱਥੋਂ ਜੋ ਕੁਝ ਵੀ ਮਿਲਦਾ ਬਸ ਸਮੇਟ ਲਓ ਇਕੱਠਾ ਕਰ ਲਓ
ਸਿੱਧੇ ਤਰੀਕੇ ਨਾਲ ਨਹੀਂ ਤਾਂ ਅਸਿੱਧੇ ਤਰੀਕੇ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਦੋ ਨੰਬਰ ਦੀ ਕਮਾਈ, ਉਹ ਸਾਰਿਆਂ ਦਾ ਸੁਭਾਅ ਇਸ ਤਰ੍ਹਾਂ ਹੈ, ਪਰ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਖਾਲਸਾ ਹੈ, ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਉਹਨੂੰ ਪਤਾ ਹੈ ਕਿ ਮੇਰਾ ਗੁਰੂ ਤੇ ਮੈਨੂੰ ਬਚਨ ਕਰ ਰਿਹਾ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਆਪਣੇ ਆਪ ਨਿਆਰਾ ਹੋ ਗਿਆ। ਉਹ ਕਹਿੰਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਮੇਰਾ ਗੁਰੂ ਕਹਿੰਦਾ ਉੱਦਮ ਕਰ, ਮਿਹਨਤ ਕਰ, ਜ਼ਿਆਦਾ ਨਹੀਂ ਤਾਂ ਰੁੱਖੀ ਸੁੱਖੀ ਖਾਏ ਕਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੁੱਪੜੀ ਨਾ ਤਰਸਾਏ ਜੀਓ। ਇਸ ਤਰ੍ਹਾਂ ਖਾਲਸਾ ਨਿਆਰਾ ਹੈ। ਪਿਛਲੇ ਦਿਨੀ ਵੀ ਇੱਕ ਬੇਨਤੀ ਕੀਤੀ ਕਿ ਕੋਈ ਕਹਿੰਦਾ ਕਿ ਮੇਰੀ ਇਹ ਦਿਸ਼ਾ, ਕਿਸੇ ਨੇ ਕਿਸੇ ਵੱਖਰੀ ਦਿਸ਼ਾ ਨੂੰ ਚੁਣ ਕੇ ਸਿਜਦੇ ਕਿਤੇ। ਬਾਣੀ ਅੰਦਰ ਬਚਨ ਆਇਆ, ਸਾਹਿਬ ਕਹਿੰਦੇ ਕਿ ਕੋਈ ਕਹਿੰਦਾ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਹਰੀ ਕਾ ਵਾਸਾ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲੋ ਮੁਕਾਮਾ। ਉਹਨਾਂ ਨੇ ਸੋਚਿਆ ਕਿ ਮੱਕਾ ਮਦੀਨਾ ਸਾਡਾ ਪਵਿੱਤਰ ਧਾਰਮਿਕ ਅਸਥਾਨ ਪੱਛਮ ਇਸ ਦਿਸ਼ਾ ਵੱਲ ਹੈ, ਇਸਲਾਮ ਮਤ ਦੇ ਜਿੰਨੇ ਵੀ ਮੁਸਲਮਾਨ ਵੀਰ ਹਨ ਉਸ ਦਿਸ਼ਾ ਵੱਲ ਨੂੰ ਮੂੰਹ ਕਰਕੇ ਉਹ ਸਿਜਦਾ ਕਰਨਗੇ, ਨਮਾਜ਼ ਪੜ੍ਹਨਗੇ। ਅਸੀਂ ਇਹ ਨਹੀਂ ਕਿ ਉਹਨਾਂ ਦਾ ਸਤਿਕਾਰ ਨਹੀਂ ਕਰਨਾ, ਉਹਨਾਂ ਦੀਆਂ ਨਮਾਜ਼ਾਂ ਵੀ ਪ੍ਰਵਾਨ, ਉਹਨਾਂ ਦੂਜਿਆਂ ਦਾ ਪਾਠ ਪੂਜਾ ਵੀ ਪ੍ਰਵਾਨ, ਚਲੋ ਸਭ ਨਾਲ ਸਾਂਝ ਹੈ ਸਾਡੀ, ਸਗਲ ਸੰਗ ਹਮਕੋ ਬਣ ਆਈ। ਪਰ ਗੁਰੂ ਕਾ ਸਿੱਖ ਕਿਸੇ ਇੱਕ ਦਿਸ਼ਾ ਵੱਲ ਨਹੀਂ। ਗੁਰਦੇਵ ਨੇ ਬਾਣੀ ਵਿੱਚ ਕਿਹਾ ਕਿ ਸਿੱਖਾਂ ਤੇਰੇ ਉੱਤੇ ਤੇ ਮਾਲਕ ਦੀ ਇੰਨੀ ਕਿਰਪਾ, ਤੇਰਾ ਰੱਬ ਤੇਰਾ ਅਕਾਲ ਪੁਰਖ ਵਾਹਿਗੁਰੂ ਤੇ ਚਤੁਰ ਦਿਸ਼ਾ ਕਿਨੋਂ ਬਲ ਆਪਣਾ, ਚਾਰੇ ਦਿਸ਼ਾਵਾਂ ਦੇ ਵਿੱਚ ਤੇਰੇ ਪਰਮਾਤਮਾ ਦਾ ਬਲ ਹੈ। ਅਸੀਂ ਆਪਣੇ ਆਪ ਨਿਆਰੇ ਹੋ ਜਾਵਾਂਗੇ, ਅਸੀਂ ਆਪਣੇ ਆਪ ਨਿਆਰੇ ਹੋ ਜਾਵਾਂਗੇ। ਚਾਰੇ ਦਿਸ਼ਾਵਾਂ ਵਿੱਚ ਤੇ ਤੇਰੇ ਪ੍ਰਭੂ ਦਾ ਬਲ ਹੈ ਹੀ, ਤੂੰ ਉੱਤੇ ਨੂੰ ਵੀ ਵੇਖ, ਸਿਰ ਉੱਪਰ, ਸਿਰ ਉੱਪਰ ਕਰ ਧਾਰਿਓ, ਉੱਤੇ ਬ੍ਰਹਿਮੰਡ ਵਿੱਚ ਵੀ, ਆਕਾਸ਼ ਵਿੱਚ ਵੀ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਮੰਨੀ ਜਾਵੇ ਕੋਈ ਦਿਸ਼ਾਵਾਂ ਨੂੰ, ਪਰ ਖਾਲਸੇ ਦਾ ਰੱਬ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਚਤੁਰ ਦਿਸ਼ਾ ਸਾਰੀਆਂ ਦਿਸ਼ਾਵਾਂ ਦੇ ਵਿੱਚ ਹੈ। ਇਹ ਹੈ ਨਿਆਰਾ, ਇਹ ਹੈ ਨਿਆਰਾ। ਕਿਸੇ ਨੇ ਕਿਸੇ ਦਿਨ ਵਰਤ ਰੱਖਣੇ ਹਨ, ਕਿਸੇ ਨੇ ਕਿਸੇ ਦਿਨ ਸ਼ਰਾਧ ਮਨਾਉਣੇ ਹਨ, ਉਹਨਾਂ ਵਾਸਤੇ ਕਿਸੇ ਨੂੰ ਖਿਲਾਉਣ ਦਾ ਵੀ, ਭੋਜਨ ਛਕਾਉਣ ਦਾ ਦਿਨ ਮਿਥਿਆ ਹੋਇਆ, ਭੁੱਖੇ ਰਹਿਣ ਵਾਸਤੇ ਵਰਤ ਰੱਖਣ ਵਾਸਤੇ ਦਿਨ ਮਿਥਿਆ ਹੋਇਆ, ਪਰ ਸਾਡੇ ਕੋਈ ਦਿਨ ਨਹੀਂ ਮਿੱਥੇ ਹੋਏ। ਇੱਥੇ ਤੇ ਲਗਾਤਾਰ ਹਰ ਸਮੇਂ ਗੁਰੂ ਦੀ ਕਿਰਪਾ ਨਾਲ ਗੁਰੂ ਨਾਨਕ ਮਹਾਰਾਜ ਜੀ ਦੇ ਉਹਨਾਂ 20 ਰੁਪਿਆਂ ਵਿੱਚੋਂ ਸਿੱਖ ਕਿਤੇ ਵੀ ਇਕੱਠੇ ਹੋਣ, ਪਹਿਲਾਂ ਲੰਗਰ ਚੱਲੇ। ਦਿਨ ਮਿੱਥਣ ਦੀ ਸਾਨੂੰ ਲੋੜ ਨਹੀਂ ਹੈ। ਕਿਰਤ ਬਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ। ਕਿਰਤ ਕਰ, ਗੁਰੂ ਤੇਰੇ ਵਿੱਚ ਵਰਤੇਗਾ, ਤੂੰ ਵਰਤਾਉਣਾ ਸ਼ੁਰੂ ਕਰ ਦੇ, ਬਾਕੀਆਂ ਨਾਲੋਂ ਆਪੇ ਨਿਆਰਾ ਹੋ ਜਾਵੇਗਾ। ਜਿੱਥੇ ਸੁਨਾਮੀ ਆਈ, ਜਿੱਥੇ ਵੱਡੇ ਵੱਡੇ ਆਪਾਂ ਵੇਖਦੇ ਹਾਂ ਇਮਾਰਤਾਂ ਡਿੱਗੀਆਂ, ਪਰਲੋ ਆਈ, ਉੱਥੇ ਲੋਕ ਕਹਿੰਦੇ ਸਨ ਕਿ ਇਹ ਅਜੇ ਸਾਨੂੰ ਸਿਖਾਇਆ ਨਹੀਂ ਗਿਆ ਕਿ ਇਹਨਾਂ ਦੀ ਸੇਵਾ ਸੰਭਾਲ ਕਿਵੇਂ ਕਰਨੀ, ਕੋਈ ਕਿਸ ਤਰ੍ਹਾਂ ਕਰਦਾ ਸੀ। ਪਰ ਗੁਰੂ ਕਾ ਸਿੱਖ ਉਹਨਾਂ ਥਾਵਾਂ 'ਤੇ ਜਾ ਕੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਲੈ ਕੇ ਲੰਗਰ ਵਰਤਾ ਰਿਹਾ ਸੀ। ਆਪੇ ਨਿਆਰਾ ਹੈ, ਇਸ ਤਰ੍ਹਾਂ ਨਿਆਰਾ ਹੈ, ਰਹਿਣਾ ਵਿੱਚ ਹੀ ਹੈ, ਅਸੀਂ ਵੱਖ ਨਹੀਂ ਹੋਣਾ, ਛੱਡ ਕੇ ਨਹੀਂ ਜਾਣਾ, ਕਿਸੇ ਦੀ ਵਿਰੋਧਤਾ ਨਹੀਂ, ਕਿਸੇ ਦੇ ਨਾਲ ਈਰਖਾ ਨਹੀਂ ਹੈ, ਵਿੱਚ ਰਹਿ ਕੇ ਖਾਲਸਾ ਗੁਰੂ ਕਾ ਸਿੱਖ ਗੁਰੂ ਨਾਨਕ ਦਾ ਮੁਰੀਦ ਆਪਣੇ ਆਪ ਨਿਆਰਾ ਹੈ। ਜਬ ਲਗ ਖਾਲਸਾ ਰਹੇ ਨਿਆਰਾ। ਕਿਸੇ ਸਮੇਂ ਹਿੰਦੁਸਤਾਨ ਦੀ ਧਰਤੀ ਤੇ ਮਹਾਤਮਾ ਬੁੱਧ ਨੇ, ਵਾਹਿਗੁਰੂ ਮਹਾਤਮਾ ਗਾਂਧੀ ਨੇ ਕਿਹਾ, ਕਿਤਾਬ ਦੇ ਵਿੱਚ ਜ਼ਿਕਰ ਮਿਲਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਭੁਲੱਕੜ ਗੁਰੂ ਸਨ। ਉਹਨੇ ਕਿਤੇ ਲੈਕਚਰ ਦੇ ਵਿੱਚ ਇਹ ਗੱਲ ਕਹਿ ਦਿੱਤੀ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਭੁਲੱਕੜ ਰਹਿਬਰ ਸਨ, ਗੁਰੂ ਸਨ। ਉਹਦਾ ਪ੍ਰਭਾਵ ਸੀ, ਲੋਕਾਂ ਨੇ ਸੁਣਿਆ ਤੇ ਚਲੇ ਗਏ ਘਰ, ਪਰ ਸਿੱਖ ਨੂੰ ਗੱਲ ਕਿਵੇਂ ਹਜਮ ਆਵੇ, ਕਿਵੇਂ ਸਿੱਖ ਸੁਣ ਸਕਦਾ ਗੱਲ ਕਿ ਸਾਡੇ ਗੁਰੂ ਦੇ ਵਿਰੋਧ ਵਿੱਚ ਇਸ ਤਰ੍ਹਾਂ ਬੋਲ ਬੋਲੇਗਾ। ਤੇ ਉਹਨਾਂ ਵਿਦਵਾਨਾਂ ਵਿੱਚੋਂ ਉਸ ਸਮੇਂ ਪ੍ਰਿੰਸੀਪਲ ਗੰਗਾ ਸਿੰਘ ਜੀ, ਕੁਝ ਵਿਦਵਾਨ ਇਕੱਠੇ ਹੋਏ ਤੇ ਗਏ ਫਿਰ ਮਹਾਤਮਾ ਗਾਂਧੀ ਕੋਲ। ਕਹਿਣ ਲੱਗੇ, ਮਹਾਤਮਾ ਜੀ, ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ ਕਿ ਕਲਗੀਧਰ ਪਾਤਸ਼ਾਹ ਇੱਕ ਭੁਲੱਕੜ ਰਹਿਬਰ ਸਨ, ਭੁਲੱਕੜ ਗੁਰੂ ਸਨ?
कोई एक गल दस दियो जिहदे करके आपां कह सकते कि गुरु गोबिंद सिंह महाराज जी करके इस चीज दे विच बहुत नुकसान होया समाज दे विच। तुसीं इक गल भी दस दिओ कलगीधर पातशाह करके कोई नुकसान होया, एक गल भी दस दिओ। ते प्रिंसीपल गंगा सिंह जी आख रहे हैं कहते मैं तुहानूं हजारां गल्लां दसांगा कि कलगीधर पातशाह करके सुधार किन्ना होया, तब्दीली किन्नी आई है समाज दे विच। प्रिंसीपल गंगा सिंह ने उत्ते वचन किए कहन के महात्मा जी तुहाडा कोई कसूर नहीं, तुहाडा कोई कसूर नहीं, क्योंकि तुहाडी मानसिकता दे विच बस इन्नी कु गल शामिल है, तुसी बस इन्ना कु सोच सकते हो कि चरखे कत के आजादी लैनी है, बस अहिंसा परमो धर्मम, इस तो उत्ते नहीं सोच सकते, इस तो ज्यादा इस तो वध नहीं सोच सकते। उत्थे प्रिंसीपल गंगा सिंह ने कहा, उन्होंने विद्वाना ने कहा कहते जिस गुरु ने कौम की खातर समुची मानवता की खातर अपना सीस भेट किया चांदनी चौंक दे विच, जिस गुरु गोबिंद सिंह महाराज जी ने चार लाल अपने चार साहबजादे बारे माता पिता बारिया अपना घर बारिया सरबंस बारिया पूरे मुल्क दे विच की। गंगा सिंह जी कहन लगे महात्मा जी तुसी ते अंग्रेजां विच रहे उत्थों स्टडी लई पढ़ के आए हो विदेशां विच, कोई किते इहो जी शख्सियत दा तुसी जिक्र सुनिया जिन्हें धर्म की खातर कौम की खातर मनुखता की खातर इहो जिहा एक भी बलिदान दिता होवे? दस दिओ जाते, एक भी बलिदान दस दिओ जाते। महात्मा बुद्ध ने महात्मा गांधी ने उत्थे फिर मुआफी मंगी अपनी भुल बख्शाई, कहण तो भाव के कईआं नूं तां समझ ही नहीं आई कि गुरु गोबिंद सिंह महाराज जी किन्ना वड्डा बलिदान दे के चले गए, किन्ना महान विद्वान बलिदान है उन्हां दा, नहीं समझ सके नहीं जाण सके क्योंकि उन्हां दा दायरा सीमित है, बस इन्ना कुछ सोच सकते हैं। गुरु गोबिंद सिंह महाराज जी ने वह किया जिहड़ा पिछली सदियां दे विच कदे किसी ने किया ही नहीं सी, खालसा पंथ साजिया। विसाखी वाले दिन 1699 की विसाखी ते गुरदेव सतगुरु जी ने खालसा साजिया, खालसे की सिरजना हुई। तो कई बार आपां वचन भी देखे हैं तो विद्वाना ने बड़ा सोहना कहा है, वो आखते ने कह लगे कि हे गुरु गोबिंद सिंह महाराज जी सचमुच तेरी कोई बराबरी कर ही नहीं सकता, कौन तेरी बराबरी कर सकता है। तो एक दिन आप वचन भी देखे सर कि चिड़िया जिहड़ियां बाजां ते होण भारू उहदे बाजां विच किन्नी कु जान होसी, सवा लख नाल एक लड़ाउण वाला कलगी धर खुद किन्ना बलवान होसी, उहदी कौन बराबरी कर सकता है, उहदी कोई बराबरी नहीं कर सकता। तो दे अगली बेनती करनी है कि देखो अज भी असीं वेखते हैं घरां दे विच दो गल्लां बड़ियां अहम हुंदियां हन, पिछले दिन भी बेनती की दो गल्लां नूं ध्यान दिओ, एक शब्द है प्यार ते एक शब्द है एतबार। माता पिता बच्चों प्यार बहुत करते हैं, छोटे छोटे वीर दस्तारा सजा के बैठे हैं बड़े खूबसूरत लग रहे हैं, गुरु साहब जी ने कृपा की इस स्थान पर बहुत वीर वालों उपराला किया जा रहा है, चंगा स्वरूप गुरु साहब जी से सांभिया जा रहा है। माता पिता बच्चे प्यार बहुत करते हैं, इन्ना प्यार कि चंगे स्कूल के बच्चे की पढ़ाई का प्रबंध किया जाता है, जो उन्होंने लोड़ है खाण पीन पहनण की घर के खेडन की बाहर जो कुछ विचरण की सब कुछ देते हैं, प्यार बहुत है। बेनती सुनियो पर एतबार नहीं होता बच्चों से, बच्चों से एतबार नहीं किया जा सकता। कदे किसी 5-7 साल के बच्चे माता पिता घर छड़ के चले जाएंगे कि 4 दिन बाद पुत्र आवेंगे तू घर सांभी, प्यार बहुत है पर जे एतबार नहीं है। कोई भी घटना वापर सकती है, घर के चोरी हो सकती है, यह भी इधर उधर जा सकता है, प्यार है पर बच्चे उत्ते एतबार नहीं है। जे बच्चा कहे कि पिता जी मैनू 1,00,000 रुपया चाहिए है, मैनू इन्नी बड़ी रकम चाहिए है, कि मापे दे देंगे 5-7 साल के बच्चे ने इन्नी बड़ी रकम की करनी है, उन्हें पता ही नहीं है, नहीं पुत्र जे तेनू समझ नहीं है तू लायक नहीं होया अजे तेनू पढ़ाई की लोड़ है अजे इन्नी बड़ी रकम तू सांभ नहीं सकता। प्यार बहुत है पर एतबार नहीं है। फिर एक दिन समा आता है बच्चा वड्डा होया पढ़ाई की कोर्स किए डिप्लोमे किए देशों विदेशों में गया 25-30 साल का जो नौजवान हो गया
ਹੁਣ ਮਾਪੇ ਆਪ ਹੀ ਬਿਨਾਂ ਉਸ ਬੱਚੇ ਦੇ ਕਹਿਣ ਤੋਂ ਸਾਰੇ ਕਾਰੋਬਾਰ ਦੀ ਜ਼ਿੰਮੇਵਾਰੀ, ਜਿੰਨਾ ਵੀ ਬੈਂਕਾਂ ਦੇ ਵਿੱਚ ਰੁਪਇਆ ਪਿਆ ਸੀ, ਸਾਰਾ ਕੁਝ ਉਸ ਬੱਚੇ ਦੇ ਨਾਮ ਕਰਾ ਦਿੰਦੇ ਹਨ। ਹੁਣ ਬੱਚਾ ਪੁੱਛਦਾ ਹੈ, ਉਹ ਨੌਜਵਾਨ ਪੁੱਛਦਾ ਹੈ ਕਿ ਬਾਪੂ ਜਦੋਂ ਮੰਗਦਾ ਸੀ ਉਦੋਂ ਤੁਸੀਂ ਦਿੱਤਾ ਨਹੀਂ, ਹੁਣ ਮੈਨੂੰ ਬਿਨਾਂ ਮੰਗਿਆ ਹੀ ਤੁਸੀਂ ਸਾਰੀ ਦੌਲਤ ਸਾਰਾ ਕੁਝ ਹੀ ਮੇਰੇ ਸਪੁਰਦ ਕਰ ਦਿੱਤਾ ਹੈ, ਮੈਨੂੰ ਸੌਂਪ ਦਿੱਤਾ ਹੈ, ਦੱਸੋ ਤੇ ਸਹੀ ਦਾ ਕੀ ਕਾਰਨ। ਫਿਰ ਉੱਥੇ ਬਾਪ ਕਹੇਗਾ, ਪੁੱਤਰ ਹੁਣ ਤੂੰ ਲਾਇਕ ਹੋ ਗਿਆ, ਮੈਨੂੰ ਪਤਾ ਲੱਗ ਗਿਆ ਕਿ ਹੁਣ ਤੂੰ ਲਾਇਕ ਹੋ ਗਿਆ, ਤੇਰੇ ਵਿੱਚ ਕੋਈ ਕਮੀ ਨਹੀਂ, ਜੋ ਮੈਂ ਤੈਨੂੰ ਦੇਵਾਂਗਾ ਉਹ ਸਭ ਕੁਝ ਤੂੰ ਸਾਂਭਣ ਦੇ ਯੋਗ ਹੋ ਗਿਆ। ਹੁਣ ਸੁਣਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੌਮ ਦੇ ਉੱਤੇ, ਪੰਜਾਂ ਪਿਆਰਿਆਂ ਉੱਤੇ, ਖਾਲਸੇ ਦੇ ਉੱਤੇ ਕੀ ਕਿਰਪਾ ਕੀਤੀ। 9 ਜਾਮਿਆਂ ਤੱਕ ਗੁਰੂ ਸਿੱਖ ਨੂੰ ਪਿਆਰ ਕਰਦਾ ਰਿਹਾ, ਬੜਾ ਪਿਆਰ ਕੀਤਾ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਅਖੀਰ ਵਿੱਚ ਆਪਾਂ ਪੜ੍ਹਦੇ, ਅਖੀਰ ਵਿੱਚ ਪੜ੍ਹਿਆ ਜਾਂਦਾ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਮੈਨੂੰ ਤੇਰੇ ਨਾਲ ਪਿਆਰ ਬਹੁਤ ਹੈ, ਗੁਰੂ ਸਿੱਖ ਨਾਲ ਪਿਆਰ ਬਹੁਤ ਕਰਦਾ। ਪਰ ਜਦੋਂ ਗੁਰੂ ਚੁਣਨ ਦੀ ਗੱਲ ਆਉਂਦੀ ਹੈ ਕਿ ਤੈਨੂੰ ਨਹੀਂ ਪਤਾ ਗੁਰੂ ਕਿਹੜਾ ਚੁਣਨਾ, ਮੈਂ ਤੈਨੂੰ ਗੁਰੂ ਚੁਣ ਕੇ ਦੇ ਕੇ ਜਾਵਾਂਗਾ, ਤੈਨੂੰ ਅਜੇ ਪਤਾ ਨਹੀਂ ਹੈ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਖੀਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਗੁਰੂ ਦੀ ਚੋਣ ਆਪ ਕੀਤੀ ਹੈ। ਪਿਆਰ ਬਹੁਤ ਹੈ, ਪਰ ਅਜੇ ਸਿੱਖ ਤੇ ਐਤਬਾਰ ਨਹੀਂ ਸੀ। 1699 ਦੀ ਵਿਸਾਖੀ ਤੇ ਆਪਾਂ ਕਹਿ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਬਚਨ ਕੀਤਾ ਕਿ ਪੁੱਤਰ ਹੁਣ ਤੂੰ ਜਵਾਨ ਹੋ ਗਿਆ, ਹੁਣ ਤੂੰ ਵੱਡਾ ਹੋ ਗਿਆ, ਬੜੇ ਉਤਰਾਅ ਚੜਾਅ ਵੇਖ ਲਏ ਹਨ, ਮੈਂ ਵੇਖ ਲਿਆ ਹੈ ਚਾਂਦਨੀ ਚੌਂਕ ਦੀ ਧਰਤੀ ਤੇ ਤੇਰੇ ਵਰਗਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਮੈਨੂੰ ਪਤਾ ਲੱਗ ਗਿਆ ਜੇ ਗੁਰੂ ਲੱਭਣ ਦੀ ਲੋੜ ਪਈ ਤਾਂ ਮੱਖਣ ਸ਼ਾਹ ਲੁਬਾਣੇ ਵਰਗਿਆਂ ਨੇ ਗੁਰੂ ਆਪ ਲੱਭ ਕੇ ਵੀ ਦਿਖਾ ਦਿੱਤਾ ਕਿ ਸਾਡਾ ਇਹ ਗੁਰੂ ਹੈ। ਹੁਣ ਮੈਨੂੰ ਪਤਾ ਲੱਗ ਗਿਆ ਤੈਨੂੰ ਗੁਰੂ ਦੀ ਵੀ ਪਹਿਚਾਣ ਹੋ ਗਈ, ਮੈਨੂੰ ਪਤਾ ਲੱਗ ਗਿਆ ਤੈਨੂੰ ਸੱਚ ਦੀ ਪਹਿਚਾਣ ਹੋ ਗਈ, ਮੈਨੂੰ ਪਤਾ ਲੱਗ ਗਿਆ ਤੈਨੂੰ ਕਰਮ ਕਾਂਡਾਂ ਦਾ ਵੀ ਪਤਾ ਲੱਗ ਗਿਆ, ਤੇਰੀ ਕਈ ਵਾਰੀ ਪਰਖ ਲੈ ਲਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੀ ਕਈ ਪਰਖਾਂ ਵੀ ਲਈਆਂ ਸਨ। ਜਦੋਂ ਚਾਰੇ ਪਾਸੇ ਤੋਂ ਦੇਖ ਲਿਆ ਕਿ ਸਿੱਖ ਪੂਰੀ ਤਰ੍ਹਾਂ ਕੰਪਲੀਟ ਹੋ ਗਿਆ, ਪਰਪੱਕ ਹੋ ਗਿਆ ਹੈ, ਸੰਪੂਰਨ ਹੋ ਗਿਆ, ਉਦੋਂ ਫਿਰ ਬਾਪੂ ਕਹਿੰਦਾ ਹੈ ਆਪਣੇ ਪੁੱਤਰ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਖਾਲਸੇ ਨੂੰ, ਉਹ ਬਚਨ ਆਉਂਦਾ ਹੈ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ਼ ਦਿਓ ਮੈਂ ਸਾਰਾ, ਕਿ ਖਾਲਸਾ ਜੀ ਹੁਣ ਮੇਰੀ ਵਿੱਚ ਲੋੜ ਨਹੀਂ ਹੈ, ਹੁਣ ਸਭ ਕੁਝ ਮੈਂ ਤੁਹਾਨੂੰ ਸੌਂਪ ਰਿਹਾ, ਇਹ ਸਭ ਕੁਝ ਤੁਹਾਡਾ ਹੀ ਹੈ, ਮੈਂ ਆਪਣੇ ਨਾਲ ਕੁਝ ਵੀ ਲੈ ਕੇ ਨਹੀਂ ਜਾਣਾ। ਪਹਿਲਾਂ ਗੁਰੂ ਨੇ ਆਪਣਾ ਸਾਰਾ ਕੁਝ ਨਹੀਂ ਦਿੱਤਾ ਸੀ, ਅਜੇ ਸਿੱਖ ਨੂੰ, ਬੱਚੇ ਨੂੰ ਅਜੇ ਪ੍ਰਪੱਕ ਕਰਕੇ ਜਵਾਨ ਬਣਾਉਣਾ ਸੀ, ਕੰਪਲੀਟ ਕਰਨਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਮੇਰਾ ਖਾਲਸਾ ਕੰਪਲੀਟ ਹੋ ਗਿਆ, ਉਦੋਂ ਗੁਰਦੇਵ ਜੀ ਨੇ ਬਚਨ ਕਰ ਦਿੱਤਾ ਕਿ ਤਬ ਲਗ ਤੇਜ਼ ਦਿਓ ਮੈਂ ਸਾਰਾ, ਮੈਂ ਆਪਣੇ ਕੋਲ ਸਿੱਖਾਂ ਕੁਝ ਵੀ ਨਹੀਂ ਰੱਖਣਾ, ਆਨੰਦਪੁਰ ਸਾਹਿਬ ਵੀ ਛੱਡ ਜਾਵਾਂਗਾ, ਤੁਸੀਂ ਉਹ ਸਾਂਭਣਾ ਹੈ। ਤੇ ਪਿਛਲੇ ਦਿਨ ਇੱਕ ਬੇਨਤੀ ਕੀਤੀ ਮੈਂ, ਖਿਮਾ ਕਰਿਓ, ਜਿੰਨੇ ਵੀ ਜੰਗ ਹੋਏ, 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੜੀਆਂ, ਕੁਝ ਬਾਹਰ ਕੁਝ ਅੰਦਰ, ਜਿੰਨੀਆਂ ਵੀ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਗੜ੍ਹ ਸਾਹਿਬ ਤੇ ਕਬਜ਼ਾ ਨਹੀਂ ਹੋਣ ਦਿੱਤਾ। ਜਾਨਾਂ ਮਾਰ ਦਿਓ ਖਾਲਸਾ ਜੀ, ਸਭ ਕੁਝ ਭੇਟ ਕਰ ਦਿਓ, ਅਰਪਣ ਕਰ ਦਿਓ, ਕੇਸਗੜ੍ਹ ਉੱਤੇ ਕਬਜ਼ਾ ਨਾ ਹੋ ਜਾਵੇ। ਗੁਰੂ ਨੇ ਆਪਣੇ ਜਿਉਂਦਿਆਂ ਜੀ ਸਰੀਰ ਦੇ ਹੁੰਦਿਆਂ ਹੋਇਆਂ ਕੇਸਗੜ੍ਹ ਤੇ ਕਦੇ ਕਬਜ਼ਾ ਨਹੀਂ ਹੋਣ ਦਿੱਤਾ। ਅੱਜ ਆਪਾਂ ਕਹਿ ਰਹੇ ਹਾਂ ਕਿ ਆਨੰਦਪੁਰ ਸਾਹਿਬ ਸਿੱਖਾਂ ਦੀ ਧਰਤੀ, ਪਵਿੱਤਰ ਸਥਾਨ, ਗੁਰੂਆਂ ਦਾ ਪਵਿੱਤਰ ਸਥਾਨ ਹੈ, ਪਰ ਅੱਜ ਸਾਡੇ ਕੇਸਗੜ੍ਹ ਕੇਸਾਂ 'ਤੇ ਕਬਜ਼ਾ ਹੋ ਚੁੱਕਾ ਹੈ। ਅਸੀਂ ਇਸ ਕੇਸਾਂ ਦੀ ਵਡਮੁੱਲੀ ਦਾਤ ਨੂੰ ਚੰਗੀ ਤਰ੍ਹਾਂ ਸਾਂਭ ਨਹੀਂ ਸਕੇ। ਮੁਬਾਰਕ ਹੈ ਉਹਨਾਂ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਬੱਚਿਆਂ ਦੇ ਸਿਰਾਂ 'ਤੇ ਦਸਤਾਰਾਂ, ਇਹਨਾਂ ਦਾ ਕੇਸਗੜ੍ਹ ਕਾਇਮ ਹੈ, ਇਹਨਾਂ ਨੇ ਆਪਣੇ ਕੇਸਗੜ੍ਹ 'ਤੇ ਕਬਜ਼ਾ ਨਹੀਂ ਹੋਣ ਦਿੱਤਾ। ਕਿੰਨੀ ਸਾਡੇ ਵਾਸਤੇ ਵਡੱਪਣ ਵਾਲੀ ਗੱਲ ਹੈ। ਅਤੇ ਦੇਖੋ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਪਿਤਾ ਵਾਰਿਆ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ, ਵੱਡੇ ਸਾਹਿਬਜ਼ਾਦਿਆਂ ਦੇ ਸਾਹਮਣੇ ਸ਼ਹਾਦਤਾਂ ਹੋਈਆਂ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੜੀ ਤੋਂ ਰਵਾਨਾ ਹੁੰਦੇ ਹਨ ਨਾ, ਉਹ ਸੀਨ ਨੂੰ ਥੋੜ੍ਹਾ ਜਿਹਾ ਇੱਕ ਮਿੰਟ ਵਾਸਤੇ ਧਿਆਨ ਵਿੱਚ ਲਿਆਇਓ। ਜਦੋਂ ਗੜੀ 'ਚੋਂ ਰਵਾਨਾ ਹੋਏ ਉਦੋਂ ਦੋ ਗੱਲਾਂ ਹੋਰ ਬੜੇ ਧਿਆਨ ਨਾਲ ਦੇਖਣ ਵਾਲੀਆਂ ਹਨ। ਇੱਕ ਤਾਂ ਗੱਲ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਤਰ ਵੀ ਵਾਰ ਗਏ, ਆਨੰਦਪੁਰ ਵੀ ਪਿੱਛੇ ਰਹਿ ਗਿਆ, ਜੋ ਵੀ ਸਾਜੋ ਸਮਾਨ ਸੀ, ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਕੁਝ ਵੀ ਨਾਲ ਨਹੀਂ ਹੈ। ਜਾਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਪੁਸ਼ਾਕ ਵੀ ਭਾਈ ਸੰਗਤ ਨੂੰ ਦੇ ਗਏ ਤੇ ਆਪਣੀ ਕਲਗੀ ਵੀ ਲਾ ਕੇ ਭਾਈ ਸੰਗਤ ਨੂੰ ਦੇ ਗਏ ਸਨ।
ਕਲਗੀ ਕਿਉਂ ਦਿੱਤੀ ਹੈ? ਕਲਗੀ ਦੇਣ ਦਾ ਮਤਲਬ ਸੀ ਕਿ ਹੁਣ ਫੈਸਲੇ ਆਉਣ ਵਾਲੇ ਸਮੇਂ ਵਿੱਚ ਖਾਲਸਾ ਜੀ ਤੂੰ ਆਪ ਫੈਸਲੇ ਕਰਨੇ ਹਨ, ਦੂਜਿਆਂ ਦੇ ਫੈਸਲਿਆਂ ਤੇ ਆਪਣਾ ਸਿਰ ਨਹੀਂ ਝੁਕਾਉਣਾ, ਖਾਲਸਾ ਆਪ ਫੈਸਲਾ ਕਰਨ ਦੇ ਯੋਗ ਹੋ ਸਕੇ। ਕਲਗੀ ਤੈਨੂੰ ਤਾਂ ਸੌਂਪ ਰਿਹਾ, ਮੇਰੇ ਕੋਲ ਕਲਗੀ ਸੀ, ਮੈਂ ਫੈਸਲੇ ਕੀਤੇ, ਖਾਲਸਾ ਜੀ ਮੈਨੂੰ ਤੇਰੇ ਤੇ ਭਰੋਸਾ ਹੈ, ਹੁਣ ਮੈਂ ਕਲਗੀ ਤੈਨੂੰ ਦੇ ਕੇ ਜਾ ਰਿਹਾ, ਆਪਣੇ ਫੈਸਲੇ ਆਪ ਕਰਨੇ ਹਨ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਖੀਰ ਤੱਕ ਇਹੀ ਕਹਿੰਦੇ ਰਹੇ ਕਿ ਸਾਨੂੰ ਕਿਸੇ ਦਾ ਦਿੱਤਾ ਹੋਇਆ ਰਾਜ ਨਹੀਂ ਚਾਹੀਦਾ, ਆਪ ਰਾਜ ਲਵਾਂਗੇ ਅਸੀਂ, ਸਾਡੀਆਂ ਇਹ ਮੰਗਾਂ ਹਨ, ਆਪ ਅਸੀਂ ਇਹ ਰਾਜ ਲੈਣਾ ਹੈ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਕੁਝ ਖਾਲਸੇ ਨੂੰ, ਜਦ ਤੱਕ ਖਾਲਸਾ ਰਹੇ ਨਿਆਰਾ ਤਦ ਤੱਕ ਤੇਜ ਦਿਓ ਮੈਂ ਸਾਰਾ ਮਿੱਤਰ ਨੂੰ ਸਭ ਕੁਝ ਦੇ ਕੇ ਜਾ ਰਿਹਾ ਹਾਂ। ਦੂਜੀ ਗੱਲ ਉੱਥੇ ਆਈ, ਗੜੀ ਚੋਂ ਰਵਾਨਾ ਹੋਏ, ਉੱਥੇ ਆਪਾਂ ਇੱਕ ਅਸਥਾਨ ਦੇਖਦੇ ਹਾਂ, ਗੁਰਦੁਆਰਾ ਤਾੜੀ ਸਾਹਿਬ ਦਰਸ਼ਨ ਕਰਿਓ ਜਾ ਕੇ। ਦੇਖਣ ਨੂੰ ਤੇ ਆਮ ਛੋਟਾ ਜਿਹਾ ਸਥਾਨ ਲੱਗੇਗਾ ਤੁਹਾਨੂੰ, ਪਰ ਦੇਖੋ ਉਹਦੇ ਵਿੱਚ ਕਮਾਲ ਇਹ ਹੈ, ਤਾੜੀ ਮਾਰਨ ਦਾ ਮਤਲਬ ਇੱਕ ਇਹ ਸੀ ਕਿ ਬੁਝ ਲਓ, ਦੇਖ ਲਓ, ਜਿਹੜੇ 10 ਲੱਖ ਦੀਆਂ ਫੌਜਾਂ ਲੈ ਕੇ ਆਏ, ਮੈਂ ਤੁਹਾਡੇ ਕੋਲੋਂ ਲੁਕ ਕੇ, ਕਾਇਰ ਹੋ ਕੇ, ਡਰ ਕੇ, ਭਗੌੜਾ ਹੋ ਕੇ ਨਹੀਂ ਜਾ ਰਿਹਾ, ਤੁਹਾਨੂੰ ਚੈਲੰਜ ਕਰਕੇ ਜਾ ਰਿਹਾ ਕਿ ਜੇ ਅਜੇ ਵੀ ਕਿਸੇ ਕੋਲ ਬਲ ਹੈ ਤਾਂ ਮੈਨੂੰ ਪਕੜ ਸਕਦੇ ਹਨ। ਇੱਕ ਗੱਲ ਤੇ ਅਸੀਂ ਇਹ ਸਮਝਦੇ ਹਾਂ, ਤਾੜੀ ਮਾਰਨ ਦਾ ਇੱਕ ਮਤਲਬ ਇਹ ਹੈ, ਇੱਕ ਇਸ਼ਾਰਾ ਖਾਲਸੇ ਵੱਲ ਵੀ ਸੀ, ਇੱਕ ਤੇ 10 ਲੱਖ ਦੀ ਫੌਜ ਵੱਲ ਇਸ਼ਾਰਾ ਸੀ, ਤਾੜੀ ਮਾਰਨ ਦਾ ਇੱਕ ਇਸ਼ਾਰਾ ਖਾਲਸੇ ਵੱਲ ਸੀ, ਖਾਲਸਾ ਜੀ ਵੇਖ ਲਓ ਮੇਰੇ ਹੱਥ ਵਿੱਚ ਕੁਝ ਵੀ ਨਹੀਂ, ਮੈਂ ਖਾਲੀ ਹੱਥ ਝਾੜ ਕੇ ਜਾ ਰਿਹਾ ਹਾਂ, ਸਭ ਕੁਝ ਤੁਹਾਨੂੰ ਦੇ ਦਿੱਤਾ, ਹੁਣ ਜਾਣ ਲੱਗਿਆ ਮੇਰੇ ਦੋਨੋਂ ਹੱਥ ਖਾਲੀ ਹਨ, ਤਬ ਲਗ ਤੇਜ ਦਿਓ ਮੈਂ ਸਾਰਾ, ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ, ਕੁਝ ਵੀ ਨਾਲ ਨਹੀਂ ਲੈ ਕੇ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸਭ ਕੁਝ ਸੌਂਪ ਕੇ ਗਏ ਹਨ। ਬੇਨਤੀ ਦੇਖੋ ਹੀ ਕਰਨੀ ਹੈ ਕਿ ਜਿਸ ਗੁਰੂ ਨੇ ਸਾਨੂੰ ਸਭ ਕੁਝ ਸੌਂਪਿਆ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮੈਨੂੰ ਵੀ ਮੇਰੇ ਪਿਓ ਦਾਦਿਆਂ ਦਾ ਖਜ਼ਾਨਾ ਮਿਲਿਆ, ਪਰ ਮੈਂ ਇਸ ਖਜ਼ਾਨੇ ਵਿੱਚ ਵਿਸਥਾਰ ਕੀਤਾ ਹੈ, ਵਾਧਾ ਕੀਤਾ ਹੈ, ਘਟਾਇਆ ਨਹੀਂ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਮੈਂ ਖੋਲ ਕੇ ਵੇਖਦਾ ਇਸ ਖਜ਼ਾਨੇ ਨੂੰ, ਤਾਂ ਮੇਰਾ ਮਨ ਪਿਆ ਨਿਧਾਨਾ, ਖਾਵੈ ਖਰਚੈ ਰਲ ਮਿਲ ਭਾਈ। ਗੁਰੂ ਅਰਜਨ ਸਾਹਿਬ ਜੀ ਤਾਂ ਕਹਿੰਦੇ ਕਿ ਟੋਟ ਨਾ ਆਵੈ ਵੱਧ ਹੋ ਜਾਈ, ਗੁਰੂ ਇਸ ਖਜ਼ਾਨੇ ਨੂੰ ਗੁਰੂ ਨਾਨਕ ਤੋਂ ਲੈ ਕੇ ਵਧਾ ਰਿਹਾ ਸੀ, ਤੇ ਜਿਹੜਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਦੇ ਕੇ ਗਏ, ਅਸੀਂ ਵੇਖੀਏ ਝਾਤ ਮਾਰੀ ਆਪਣੇ ਗਿਰਬਾਣ ਮੈਂ ਸਿਰ ਨੀਵਾਂ ਕਰ ਦੇਖ, ਅਸੀਂ ਕਿੰਨਾ ਕੁ ਵਾਧਾ ਕੀਤਾ ਹੈ। ਅੱਜ 40 ਸਾਲਾਂ ਦਾ ਦੇਖੇ ਮੇਰੇ ਪਿਤਾ ਕੋਲ ਕੀ ਸੀ ਤੇ ਮੈਂ ਅੱਗੇ ਆਪਣੀ ਸੰਤਾਨ ਨੂੰ ਕੀ ਦੇ ਕੇ ਜਾ ਰਿਹਾ ਹਾਂ, ਦੇਖਣਾ ਪਵੇਗਾ, ਅੱਜ ਇਹ ਸਮਾਂ ਆ ਗਿਆ ਹੈ। ਇੱਕ ਬੇਨਤੀ ਸੁਣਿਓ, ਚਲੋ ਤੁਸੀਂ ਇਹਨਾਂ ਵਿਦੇਸ਼ਾਂ ਵਿੱਚ ਆ ਗਏ ਹੋ, ਚੰਗੀ ਗੱਲ ਹੈ, ਉੱਧਰ ਪਤਾ ਕੀ ਪੜ੍ਹਾਇਆ ਜਾ ਰਿਹਾ ਹੈ, ਪੰਜਾਬ ਦੀ ਧਰਤੀ ਤੇ ਉੱਥੇ ਅਸੀਂ ਦੁਹਾਈ ਪਾ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਪਿਤਾ ਹਨ, ਤੇ ਸਾਨੂੰ ਪੜ੍ਹਾਇਆ ਜਾ ਰਿਹਾ ਬਾਰ ਬਾਰ ਕਿਤਾਬਾਂ ਦੇ ਵਿੱਚ, ਸਕੂਲਾਂ ਵਿੱਚ ਬੱਚਿਆਂ ਨੂੰ, ਤੇਰਾ ਬਾਪੂ ਮਹਾਤਮਾ ਗਾਂਧੀ ਹੈ, ਕਿਤਾਬਾਂ ਵਿੱਚ ਬਾਪੂ ਮਹਾਤਮਾ ਗਾਂਧੀ ਸਾਨੂੰ ਗੱਲ ਸਿਖਾਈ ਜਾ ਰਹੀ ਹੈ, ਮਾਤਾ ਸਾਹਿਬ ਕੌਰ ਤੇ ਉਹਦੇ ਬੱਚਿਆਂ ਨੂੰ ਲੇਖ ਛੋਟੇ ਛੋਟੇ ਨੂੰ ਪੜ੍ਹਾਏ ਜਾ ਰਹੇ ਹਨ, ਗਊ ਮਾਤਾ ਹੈ, ਮਾਤਾ ਗਊ ਹੈ, ਗਊ ਮਾਤਾ ਉੱਥੇ ਸਿਖਾਇਆ ਜਾ ਰਿਹਾ, ਕੁੱਟ ਕੁੱਟ ਕੇ ਉਹਨਾਂ ਨੂੰ ਬੰਨ ਬੰਨ ਕੇ ਕਹਾਇਆ ਜਾ ਰਿਹਾ, ਬੋਲ ਜੈ ਮਾਤਾ ਦੀ, ਗਊ ਮਾਤਾ ਦੀ ਜੈ ਬੋਲ, ਉੱਥੇ ਪੜ੍ਹਾਇਆ ਜਾ ਰਿਹਾ। ਤੂੰ ਕਹਿਣਾ ਹੈ ਖਾਲਸਾ ਜੀ ਮੇਰੀ ਮਾਤਾ ਸਾਹਿਬ ਕੌਰ, ਤੇ ਉਹ ਕਹਿਣਗੇ ਕਿ ਨਹੀਂ, ਇੱਥੇ ਜੇ ਰਹਿਣਾ ਹੈ ਆਪਣੀ ਧਰਤੀ ਦੀ ਗੱਲ, ਜੇ ਇੱਥੇ ਰਹਿਣਾ ਹੈ ਤਾਂ ਤੈਨੂੰ ਕਹਿਣਾ ਪਵੇਗਾ ਗਊ ਮਾਤਾ। ਪਿਛਲੇ ਦਿਨ ਇੱਕ ਬੇਨਤੀ ਕੀਤੀ, ਅਸੀਂ ਕਹਿਣਾ ਕਿ ਸਾਡਾ ਪੀਰ ਹੋਰ ਹੈ, ਉਹਨਾਂ ਨੇ ਕਹਿਣਾ ਅਸੀਂ ਤੇ ਥਾਂ ਥਾਂ ਤੇ ਪੀਰ ਖਾਨੇ ਖੋਲ ਦਿੱਤੇ ਹਨ, ਮਜ਼ਾਰਾਂ ਲੱਗਦੀਆਂ ਹਨ, ਚਾਦਰਾਂ ਚੜ੍ਹਦੀਆਂ ਹਨ, ਲੋਕ ਲਾਈਨਾਂ ਲਾ ਕੇ ਉੱਥੇ ਮੇਲੇ ਲੱਗ ਰਹੇ ਹਨ, ਗਾਇਕ ਗੀਤ ਗਾਉਂਦੇ ਹਨ, ਤੂੰ ਕਹਿਣਾ ਕਿ ਸਾਡਾ ਇਹ ਪੀਰ ਨਹੀਂ ਹੈ, ਤੂੰ ਤੇ ਇਹੀ ਕਹਿਣਾ ਹੈ ਖਾਲਸਾ ਜੀ ਕਿ ਜਾਹਰ ਪੀਰ ਜਗਤ ਗੁਰ ਬਾਬਾ ਮੇਰਾ ਪੀਰ ਤੇ ਗੁਰੂ ਨਾਨਕ, ਉਹ ਕਹਿਣਗੇ ਨਹੀਂ, ਆਹ ਪੀਰ ਜਿਹੜੇ ਥਾਂ ਥਾਂ ਤੇ ਖੁੱਲੇ ਹੋਏ ਇਹ ਕੌਣ ਨੇ, ਇਹ ਵੀ ਤੇਰੇ ਪੀਰ ਹਨ, ਸਾਨੂੰ ਉਜਾਇਆ ਜਾ ਰਿਹਾ ਹੈ, ਸਾਡੀ ਪਹਿਚਾਣ ਖਤਮ ਕੀਤੀ ਜਾ ਰਹੀ ਹੈ। ਉਹ ਕਹਿਣਗੇ ਕਿ ਨਕੋਦਰ ਦੀ ਧਰਤੀ ਤੇ ਬੈਠੇ ਇਹ ਸਾਈਂ ਹਨ, ਇਹ ਸਾਈਂ ਉਹਨਾਂ ਦੇ ਗਾਣੇ ਗਾਏ ਪ੍ਰਚਲਿਤ ਕੀਤੇ, ਜਿੱਥੇ ਸ਼ਰਾਬਾਂ ਚੜ੍ਹਦੀਆਂ ਹਨ, ਜਿਹਨਾਂ ਨੂੰ ਆਪਣੇ ਸਰੀਰ ਹੱਥ ਪੈਰ ਦੀ ਸੋਝੀ ਨਹੀਂ, ਉਹਨਾਂ ਨੂੰ ਸਾਈਂ ਕਿਹਾ ਜਾ ਰਿਹਾ, ਤੇ ਤੂੰ ਕਹਿਣਾ ਹੈ ਕਿ ਮੇਰਾ ਸਾਈਂ ਤੇ ਮੇਰਾ ਗੁਰੂ ਹੀ ਹੈ, ਤੂੰ ਕਰਤਾ ਸਚਿਆ ਮਹਿੰਡਾ ਸਾਈਂ, ਉਜਾਇਆ ਜਾ ਰਿਹਾ ਹੈ, ਨਿਆਰਾ ਹੋਣਾ ਪਵੇਗਾ, ਆਪਣੀ ਪਹਿਚਾਣ ਬਰਕਰਾਰ ਕਰਨੀ ਪਵੇਗੀ। ਮਿੰਟ ਥੋੜੇ ਰਹਿ ਗਏ, ਇੱਕ ਬੇਨਤੀ ਜ਼ਰੂਰ ਪੱਲੇ ਬਣ ਕੇ ਜਾਇਓ ਅੱਜ, ਹੁਣ ਬੇਨਤੀ ਖਾਸ ਕਰਕੇ ਨੌਜਵਾਨਾਂ ਵਾਸਤੇ, ਮਾਵਾਂ ਵਾਸਤੇ, ਪਟਿਆਲੇ ਦੀ ਧਰਤੀ ਤੇ 8 ਕੁ ਸਾਲ ਪਹਿਲਾਂ ਦੀ ਗੱਲ, ਇੱਕ ਨੌਜਵਾਨ ਹੋਇਆ ਪੁਸ਼ਪਿੰਦਰ ਸਿੰਘ, ਬੌਕਸਰ ਹੈ, ਬੌਕਸਿੰਗ ਖੇਡਦਾ ਹੈ,
ਤੇ ਬੜਾ ਸਮਾਂ ਉਹਦੇ ਉੱਤੇ ਇਹੋ ਜਿਹਾ ਆਇਆ ਕਿ ਬੜੇ ਤਰੀਕੇ ਦੇ ਨਾਲ ਸੂਝਵਾਨੀ ਦੇ ਨਾਲ ਆਖਿਰ ਕਈ ਮੁਕਾਬਲੇ ਵਿੱਚ ਜਿੱਤਦਿਆਂ ਹੋਇਆ ਵੱਡ ਲੈਵਲ ਤੱਕ ਪਹੁੰਚਿਆ, ਬਹੁਤ ਉੱਚੇ ਅਹੁਦਿਆਂ ਤੱਕ ਪਹੁੰਚਿਆ ਜਿੱਥੇ ਉਹਦੇ ਮੁਕਾਬਲੇ ਹੋਣੇ ਸਨ, ਤੇ ਵਿਦੇਸ਼ਾਂ ਤੱਕ ਮੰਗ ਕੀਤੀ ਗਈ। ਆਖਿਰ ਜਿੱਤਦਾ ਜਿੱਤਦਾ ਉਹ ਬਾਕਸਰ ਪੁਸ਼ਪਿੰਦਰ ਸਿੰਘ 27-28 ਸਾਲਾਂ ਦਾ ਨੌਜਵਾਨ ਵਿਦੇਸ਼ਾਂ ਤੱਕ ਪਹੁੰਚਿਆ, ਕੰਪੀਟੀਸ਼ਨ ਹੋਣੇ ਸਨ, ਮੁਕਾਬਲੇ ਹੋਣੇ ਸਨ। ਤੇ ਦੇਖੋ ਉਹਦੇ ਪਿਤਾ ਨੇ ਐਲਾਨ ਕੀਤਾ, ਦਾਅਵਾ ਕੀਤਾ ਮੀਡੀਆ ਦੇ ਵਿੱਚ ਕਿ ਮੈਂ ਆਪਣੇ ਨੌਜਵਾਨ ਬੱਚੇ ਨੂੰ ਇਸ ਮੁਕਾਮ ਤੱਕ ਲਿਆਉਣ ਤੱਕ ਮੁਕਾਮ ਤੱਕ ਲਿਆਉਣ ਵਾਸਤੇ 2 ਕਰੋੜ ਰੁਪਇਆ ਖਰਚ ਕਰ ਚੁੱਕਾ, ਮੇਰਾ ਇੰਨਾ ਖਰਚਾ ਹੋ ਗਿਆ, ਮੈਨੂੰ ਖੁਸ਼ੀ ਹੈ ਮੇਰਾ ਬੱਚਾ, ਮੇਰਾ ਸਿੱਖ ਬੱਚਾ ਇੰਨਾ ਉੱਚੇ ਮੁਕਾਮ ਤੇ ਪਹੁੰਚਿਆ ਹੈ, ਵਿਦੇਸ਼ਾਂ ਦੇ ਵਿੱਚ ਮੁਕਾਬਲੇ ਵਾਸਤੇ ਪਹੁੰਚਿਆ। ਤੇ ਜਦੋਂ ਐਨ ਅਖੀਰਲਾ ਮੁਕਾਬਲਾ ਸੀ ਤੇ ਜਿਹੜੇ ਆਫੀਸਰ ਸਨ ਉਸ ਸਮੇਂ ਗੋਰੇ, ਉਹਨਾਂ ਨੇ ਕਿਹਾ ਪੁਸ਼ਪਿੰਦਰ ਸਿੰਘ ਸਾਡੇ ਜਿਹੜੇ ਇੱਥੋਂ ਦੇ ਰੂਲਸ ਹਨ, ਜੋ ਇੱਥੋਂ ਦਾ ਲਾਅ ਹੈ, ਮਰਿਆਦਾ ਹੈ, ਜੇ ਤੂੰ ਬੋਕਸਿੰਗ ਖੇਡਣੀ ਹੈ ਮੁਕਾਬਲੇ ਦੇ ਵਿੱਚ, ਜੇ ਤੂੰ ਸ਼ਾਮਲ ਹੋਣਾ ਹੈ ਤਾਂ ਤੈਨੂੰ ਆਪਣੀ ਦਾੜੀ ਕਟਾਉਣੀ ਪਵੇਗੀ, ਸੁਣਿਓ ਬੇਨਤੀ, ਤੈਨੂੰ ਆਪਣੀ ਦਾੜੀ ਕੇਸ ਕਤਲ ਕਰਾਉਣੇ ਪੈਣਗੇ, ਇਹ ਲਾਅ ਹੈ, ਨਿਯਮ ਹੈ, ਜੇ ਬੋਕਸਿੰਗ ਖੇਡਣੀ ਹੈ ਤਾਂ ਤੈਨੂੰ ਦਾੜੀ ਆਪਣੀ ਕਟਾਉਣੀ ਪਵੇ, ਕੇਸ ਕਟਾਉਣੇ ਪੈਣਗੇ। ਤੇ ਦੇਖੋ ਸਾਡੇ, ਅਸੀਂ ਇੱਥੇ ਵੇਖਿਆ ਨੌਕਰੀ ਪਿੱਛੇ ਮਿੰਟ ਨਹੀਂ ਲਾਉਂਦੇ, ਇੱਥੋਂ ਤੱਕ ਵੀ ਸੁਣਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠੇ, ਕਾਗਜ਼ ਪੱਤਰ ਭੇਜੇ ਗਏ, ਵੀਜ਼ਾ ਅਜੇ ਲੱਗਿਆ ਨਹੀਂ, ਦੇਖੋ ਵੀਜ਼ਾ ਅਜੇ ਲੱਗਿਆ ਨਹੀਂ ਹੈ, ਪਰ ਬੱਚੇ ਨੌਜਵਾਨ ਪਹਿਲਾਂ ਹੀ ਕੇਸ ਕਦਰ ਕਰਵਾ ਰਹੇ ਹਨ ਕਿ ਅੱਗੇ ਜਾ ਕੇ ਮੈਨੂੰ ਮੁਸ਼ਕਲ ਨਾ ਆਵੇ। ਸਾਡੇ ਵਿੱਚ ਹੋਇਆ ਇਸ ਤਰ੍ਹਾਂ, ਇਹ ਗੱਲ ਕਹਿਣੀ ਪਵੇਗੀ ਤੇ ਸਾਨੂੰ ਮੰਨਣੀ ਪਵੇਗੀ। ਪਰ ਉਹ ਨੌਜਵਾਨ ਉਸ ਸਮੇਂ ਉਹਨੇ ਆਪਣੇ ਗਲਵਸ ਉਤਾਰੇ, ਸਿੱਟ ਦਿੱਤੇ, ਸਾਰਾ ਸਮਾਨ ਆਪਣਾ ਖੰਡਾ ਦਿੱਤਾ, ਕਹਿਣ ਲੱਗਾ ਸਰ ਆਫੀਸਰੋ ਤੁਸੀਂ ਮੇਰੇ ਵਾਸਤੇ ਬਹੁਤ ਸਤਿਕਾਰਯੋਗ ਹੋ, ਪਰ ਜੇ ਤੁਸੀਂ ਕਹਿੰਦੇ ਹੋ ਕਿ ਦਾੜੀ ਕੇਸ ਕਟਵਾ ਕੇ ਮੈਂ ਇਸ ਮੁਕਾਬਲੇ ਵਿੱਚ ਭਾਗ ਲੈ ਸਕਦਾ ਤਾਂ ਮੇਰਾ ਕਲਗੀਧਰ ਪਾਤਸ਼ਾਹ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਦਾੜੀ ਕੇਸ ਤੋਂ ਬਿਨਾਂ, ਦਾੜੀ ਕੇਸ ਕਤਲ ਕਰਾ ਕੇ ਮੈਨੂੰ ਨਹੀਂ ਆਗਿਆ ਦਿੰਦਾ ਕਿ ਮੈਂ ਕਿਸੇ ਮੁਕਾਬਲੇ ਵਿੱਚ ਭਾਗ ਲੈ ਸਕਾਂ। ਉਸ ਨੌਜਵਾਨ ਬੱਚੇ ਨੇ ਉੱਥੇ ਆਪਣੇ ਗਲਵਸ ਸੁੱਟੇ, 2 ਕਰੋੜ ਰੁਪਇਆ ਖਰਚ ਕਰਵਾ ਕੇ ਵਿਦੇਸ਼ਾਂ ਵਿੱਚ ਗਿਆ, ਜਦੋਂ ਮੁਕਾਬਲਾ ਹੋਣ ਦਾ ਸਮਾਂ ਆਇਆ ਸਭ ਕੁਝ ਛੱਡ ਕੇ ਗੇਰ ਕੇ ਵਾਪਸ ਆ ਗਿਆ, ਜਹਾਜ਼ ਵਿੱਚ ਬੈਠਿਆ ਰੋਂਦਾ ਹੈ ਵਿਚਾਰਾ, ਤੜਪਦਾ ਹੈ ਕਿਹੜਾ ਮੂੰਹ ਲੈ ਕੇ ਜਾਵਾਂਗਾ। ਮੇਰੇ ਤੇ ਕਈ ਨੌਜਵਾਨਾਂ ਨੇ ਆਸਾਂ ਰੱਖੀਆਂ ਹੋਈਆਂ ਕਿ ਪੁਸ਼ਪਿੰਦਰ ਸਿੰਘ ਬਹੁਤ ਅੱਗੇ ਪਹੁੰਚਿਆ, ਹੁਣ ਤਾਂ ਕਈ ਮੁਕਾਬਲੇ ਜਿੱਤਿਆ ਵਰਲਡ ਲੈਵਲ ਦਾ, ਇਹ ਮੁਕਾਬਲਾ ਵੀ ਜਿੱਤ ਜਾਵੇਗਾ, ਕਿਹੜਾ ਮੂੰਹ ਲੈ ਕੇ ਜਾਵਾਂਗਾ ਮੈਂ, ਮੇਰਾ ਕਿਹਨੇ ਸਵਾਗਤ ਕਰਨਾ ਹੈ, ਮੈਨੂੰ ਕਿਹਨੇ ਪੁੱਛਣਾ ਹੈ, ਹੁਣ ਮੈਨੂੰ ਤਾਂ ਲੋਕ ਕਹਿਣਗੇ ਤੂੰ ਇੰਨਾ ਰੁਪਇਆ ਖਰਚ ਕਰਵਾਇਆ ਬਾਪ ਦਾ, ਤੂੰ ਲੈ ਕੇ ਕੀ ਆਇਆ, ਮੁਕਾਬਲਾ ਵੀ ਨਹੀਂ ਲੜ ਸਕਿਆ। ਪਰ ਜਦੋਂ ਦੇਖੋ ਹੁਣ ਬੇਨਤੀ ਸੁਣਿਓ, ਸਰਦਾਰ ਦੀ ਗੱਲ, ਸਿੱਖ ਦੀ ਗੱਲ, ਜਬਲਾ ਖਾਲਸਾ ਰਹੇ ਨਿਆਰਾ, ਜਦੋਂ ਏਅਰਪੋਰਟ ਤੇ ਪਹੁੰਚਿਆ ਉਹਦਾ ਬਾਪੂ ਬੈਂਡ ਬਾਜਾ ਲੈ ਕੇ ਖੜਿਆ ਸੀ, ਸਾਰਾ ਸ਼ਰੀਕਾ ਪਰਿਵਾਰ ਟੱਬਰ ਉੱਥੇ ਹਾਜ਼ਰ, ਇੰਨੀ ਸੰਗਤ ਨਾਲ ਹਾਜ਼ਰ, ਪਟਿਆਲੇ ਦੀ ਧਰਤੀ ਤੇ ਉੱਥੇ ਸਵਾਗਤ ਕੀਤਾ ਗਿਆ। ਦੇਖੋ ਜਦੋਂ ਏਅਰਪੋਰਟ ਤੋਂ ਉਤਰ ਕੇ ਅੱਗੇ ਲੈ ਕੇ ਗਏ ਉੱਥੇ, ਫਿਰ ਉਹਦਾ ਸਵਾਗਤ ਕੀਤਾ ਗਿਆ, ਉਹ ਦੇਖ ਕੇ ਹੈਰਾਨ ਕਿ ਮੇਰਾ ਕਾਹਦਾ ਸਵਾਗਤ, ਮੈਂ ਤੇ ਲੜਿਆ ਵੀ ਨਹੀਂ, ਗੇਮ ਵੀ ਨਹੀਂ ਖੇਡੀ ਮੈਂ, ਜਦ ਖੇਡਿਆ ਹੁੰਦਾ ਵੱਖਰੀ ਗੱਲ, ਮੈਂ ਤੇ ਗੇਮ ਪਲੇ ਕਰ ਹੀ ਨਹੀਂ ਸਕਿਆ, ਖੇਲ ਹੀ ਨਹੀਂ ਸਕਿਆ, ਇਹ ਮੇਰਾ ਸਵਾਗਤ ਕਿਉਂ ਹੈ। ਉੱਥੇ ਫਿਰ ਉਹਦੇ ਬਾਪ ਨੇ ਗੱਲ ਕਹੀ, ਕਹਿਣ ਲੱਗਾ ਪੁਸ਼ਪਿੰਦਰ ਸਿੰਘ ਪੁੱਤਰ, ਜੇ ਦਾੜੀ ਕੇਸ ਕਟਵਾ ਕੇ ਤੂੰ ਜਿੱਤ ਕੇ ਵੀ ਆ ਜਾਂਦਾ ਨਾ, ਤੈਨੂੰ ਇੱਥੇ ਸਵਾਗਤ ਕਰਨ ਵਾਲਾ ਇੱਕ ਵੀ ਬੰਦਾ ਨਹੀਂ ਮਿਲਣਾ ਸੀ, ਤੇਰਾ ਕਿਸੇ ਨੇ ਸਵਾਗਤ ਨਹੀਂ ਕਰਨਾ ਸੀ, ਇਹ ਗੁਰਾਂ ਦੀ ਧਰਤੀ ਹੈ, ਇਹ ਪੰਜਾਬ ਦੀ ਧਰਤੀ ਹੈ, ਅੱਜ ਤੂੰ ਭਾਵੇਂ ਦਾੜੀ ਕੇਸ ਰੱਖ ਕੇ ਸੰਪੂਰਨ ਸਰੂਪ ਜਿਵੇਂ ਤੈਨੂੰ ਭੇਜਿਆ ਉਵੇਂ ਵਾਪਸ ਆ ਗਿਆ ਨਾ, ਭਾਵੇਂ ਤੂੰ ਨਹੀਂ ਵੀ ਲੜ ਕੇ ਆਇਆ, ਸਾਡੀ ਨਜ਼ਰ ਵਿੱਚ ਤੇਰੇ ਤੋਂ ਵੱਡਾ ਕੋਈ ਚੈਂਪੀਅਨ ਨਹੀਂ ਹੈ। ਪੁਸ਼ਪਿੰਦਰ ਸਿੰਘ ਕੇਸਾਂ ਦੀ ਸੰਭਾਲ ਕੀਤੀ, ਵਾਪਸ ਉਵੇਂ ਹੀ ਆਇਆ। ਪਰ ਮੈਂ ਬੇਨਤੀ ਕਰਨੀ ਹੈ ਨੌਜਵਾਨਾਂ ਨੂੰ ਕਿ ਦੇਖੋ ਅਸੀਂ ਉੱਥੋਂ ਆਏ, ਪਹਿਲਾਂ ਤਾਂ ਸਫ਼ਾ ਚਿੱਟ ਉੱਥੋਂ ਹੀ ਹੋ ਕੇ ਆ ਜਾਂਦੇ ਹਾਂ, ਇੱਥੇ ਚਲੋ ਦੇਖੋ ਮੈਂ ਤਾਂ ਖੁਸ਼ ਹੋਇਆ ਕਿੰਨਾ ਬੱਚਿਆਂ ਨੇ ਕਿੰਨਾ ਸੋਹਣਾ ਸਰੂਪ ਬਣਾਇਆ, ਰੋਜ਼ ਇੱਥੇ ਕਲਾਸਾਂ ਵੀ ਲੱਗਦੀਆਂ, ਹਰੇਕ ਦਿਨ ਉਦਮ ਵੀ ਕਰਦੇ ਹਨ, ਬੜੇ ਬੜੇ ਪ੍ਰੋਗਰਾਮ ਹੋਰ ਉਲੀਕੇ ਨੇ, ਬੱਚੇ ਕੀਰਤਨ ਵੀ ਕਰ ਰਹੇ ਹਨ। ਨੌਜਵਾਨਾਂ ਨੂੰ ਬੇਨਤੀ ਹੈ ਕਿ ਕੋਈ, ਹੁਣ ਤਾਂ ਇੰਨੀ ਖੁੱਲ ਹੋ ਗਈ ਹੈ, ਕੋਈ ਨੌਕਰੀ, ਕੋਈ ਪੇਸ਼ਾ, ਕੋਈ ਵੀ ਤੁਸੀਂ ਅਹੁਦੇ 'ਤੇ ਬੈਠਣਾ ਹੈ ਨਾ, ਤੁਹਾਡੇ ਉੱਤੇ ਹੁਣ ਪਾਬੰਦੀ ਨਹੀਂ ਹੈ ਕਿ ਤੁਸੀਂ ਦਸਤਾਰ ਨਹੀਂ ਸਜਾ ਸਕਦੇ, ਸ਼੍ਰੀ ਸਾਹਿਬ ਨਹੀਂ ਪਹਿਨ ਸਕਦੇ, ਦਾੜੀ ਕੇਸ ਨਹੀਂ, ਹੁਣ ਕੋਈ ਪਾਬੰਦੀ ਨਹੀਂ ਹੈ। ਜਦੋਂ ਪਾਬੰਦੀਆਂ ਸੀ, ਸਿਰਾਂ ਦੇ ਮੁੱਲ ਪਏ, ਉਦੋਂ ਵੀ ਖਾਲਸਾ ਕਹਿੰਦਾ ਸੀ ਮੈਂ ਜਿਉਂਦਿਆਂ ਜੀ ਕੇਸ ਨਹੀਂ ਕਤਲ ਕਰਵਾਵਾਂਗਾ, ਖੋਪਰੀ ਲੈ ਜਾਵੇ,
पर मेरे केस कतल नहीं होंगे। वह एक दिन कविता भी आप संगतान को सुनाई, भाई साहब ने हुक्म भी किया वचन करना है। कहन लगे कई बार जालमा ने निजिया ते तंग दिता, जंडा नाल बन बन साड़िया तेरा खालसा। यह साडा पिछोकड़ है, साडा मूंह बोलता इतिहास है। विद्वान कहता है कई बार जालमा ने निजिया ते तंग दिता, जंडा नाल बन बन साड़िया तेरा खालसा, चार इंच रखनी ते तुंबे तुंबे कर दिता, भट्ठिया च झोक झोक राड़िया तेरा खालसा। रंबी नाल खोपर लुहाए इन्हें हस हस, मुखों कदे सी ना उचारिया तेरा खालसा। ते अगे गल आई कहन लगे हुण केड़ी नजर लगी तेरे खालसे नूं, होया फिरे आप मुहारा तेरा खालसा। कुर्सी दे पिछे इन्हें धर्म निलाम किया, हुण दी गल कुर्सी दे पिछे इन्हें धर्म निलाम किया, सौदा कैसा करदा न्यारा तेरे न्यारा तेरा खालसा। कबरां नूं पूजे समाधां खेड़ियां नूं टेके मथा, ये अपनी गल है। कबरां नूं पूजे समाधां खेड़ियां नूं टेके मथा, ओ डुबदियां तों पहाड़दा सहारा तेरा खालसा। हाड़े बाजां वालिया किरपा दुबारा करी, भरमां च फस गया बेचारा तेरा खालसा। अज लोड है गुरमुखो जिस सरूप वास्ते, जिस आजादी वास्ते, जिस साडे इस आपां कह सकते रूहानियत दी दात वास्ते कलगीधर पातशाह ने अपना सरबंस वारिया है, उह दातां नूं फिर तों असीं संभाल सकीए, गुरु की कृपा साडे उत्ते हो सके, जो बजुर्गां दे पास कीमती दात उह संतान तक पहुँचती है। बाकी सब कुछ बजुर्गों कोलों सानूं मिल जांदा है, असीं लै लैंदे हां, उहनां कोलों असीं सिरकी सिरकी सरूप भी लै लईए। बाणी दा पाठ, संगत दी दात, अमर दी दात, उन्हां कोलों एक गुण भी साडे विच आ सकन, तां कि साडा लोक सुखी है। पर लोक सुहेले नानक हर प्रभ आपे मिले हो सके। सर्वाताइयां संगतां दा धन्नवाद, गुरु कृपा करे बख्शिश करे, विचारा साडे हिरदे विच वस जाण। इन्हां बच्चियां नूं भी बहुत बहुत मुबारकबाद जिन्हां ने इन्ना उपराला कीता, इन्हां दे माता पिता नूं भी वधाई जिन्हां ने इन्ना वड्डा उपराला करके इन्हां बच्चियां नूं इस पासे जुड़ी रख्या है। समूह प्रबंधक कमेटी ते मैंबर साहिबाना दा भी धन्नवाद, कुटान कोट सपराना धन श्री गुरु ग्रंथ साहिब महाराज जी दा इन्नी कु सेवा प्रवान करनी, भुला बख्शनिया जी अपना दास जान के बख्श लेना, फतेह दी सान पाओ। वाहिगुरु जी का खालसा, वाहिगुरु जी की फतेह। वीर कारना काल दे ने छन्ने भर के खोपरी दे पुत जी दे अपनी कौम नूं अमृत प्याल दे। वाहिगुरु जी का खालसा, वाहिगुरु जी की फतेह। हुणे तुसीं भाई साहब कुलबीर सिंह जी पासों सिख इतिहास दस्तार नूं मुख रखदे हुए कथा विचार सुने। अज सवेरे 9 बजे तो गैलरी हॉल विखे दस्तारबाजी मुकाबले चल रहे सन, जिन्हां दे रिजल्ट साढ़े को आ चुके ने। ते मैं अवतार सिंह संधु भाजी बेनती करूँगा कि उस स्टेज पर आके बच्चों के रिजल्ट अनाउंस कर। धन धन युगो युग अटल श्री गुरु ग्रंथ साहिब जी हजूरी में उपस्थित साध संगत जी, प्यारे प्यारे बच्चे, वाहगुरु जी का खालसा, वाहगुरु जी की फतेह। आप सब की जानकारी ले सब तो पहला मैं बेनती करा कि अच गुरु घर वालों प्रबंधक कमेटी वालों दस्तार दिवस, परबंडे पगड़ी दिवस के तौर पर मनाया गया है, जिस विच बच्चे ने बहुत ही उत्साह दे नाल पार्टिसिपेट किया है। आज उन्हां दी जो गिनती है 51 है, जदों के पिछले साल नालों साडी जो अचीवमेंट है
कई गुणा वध है। कमेटी वालों पिछले समय तो एक साडे बच्चा लगातार इन्ना बच्चों पगड़ी बनने की जांच भी सिखाता आ रहा है। उन्होंने वालों भी काफ़ी उन्होंने सिखाए हुए बच्चे अज पार्टिसिपेट कर रहे हैं। कुछ जिन्हों के पेरेंट्स घर में उत्साह कर रहे वो बच्चे आए हैं। कुछ बच्चे जो संडे पंजाबी क्लासा लगदिया ने जिदा दास नूं सेवा का मौका मिले वो बच्चे आए हैं। सो इस तरह करके ये बहुत ही वधिया उपराला है जिसकी जिन्नी भी शलाघा की जाए उन्नी ही थोड़ी है। इसकी असी बच्चों की चोण जड़ी है वो तीन तरह ना की है। एक बच्चे वो ने जे घरों बन के दस्तार आए। नंबर दो वो बच्चे ने जिन्होंने इत्थे आण के शीशे अगे खड़ो के दस्तारा बनिया। तीसरे बच्चे वो ने जिन्होंने बिना शीशे अपने आप बनिया ने। चौथा बच्चा साढ़े पास है फतेह सिंह जरा सब तो छोटी उम्र का और उन्हें भी खुशी की गल है कि बिना शीशे को अपने आप पग बनी है। इस तो उपरंत इस बार होर भी किसी मैं कभी अपने तौर पर थोड़े वालों शलाघा करता कि असी कमेटी ने साड़ियां जिहड़ियां लड़कियां ने गर्ल्स ने उन्हां प्रति भी बड़ा उत्साह दिखाया गया है। उन्हां विच जो बच्चे बच्चियां साड़ियां अमृतधारी ने उन्हां नूं स्पैशल प्राइज दिता जाएगा। बाकी सारे जो बच्चे ने उन्होंने जरा वा उन्होंने भी सम्मान किया जाएगा। ये है अज का प्रोग्राम। सो मैं बारी बारी ग्रुप के हिसाब न बच्चों के नाम लवागा और सरदार गुरचरण सिंह जी संघा सरदार चरणजीत सिंह जी गिर तंदोर साथी साढ़े शहर के काउंसलर अंगाली आए हैं उन्होंने मैं बेनती करा उस स्टेज आ जा और बच्चों अपने हर कमलों न उन्होंने आराम दे। सो सब तो पहला जो बच्चे घरों दस्तार बन के आए ने बड़े प्यारे बच्चे ने बड़ी खुशी की गल है कि उन्होंने घरों भी चाहे नाल पेरेंट्स का सहयोग है फिर भी उन्होंने बहुत उत्साह होया है। हाँ जी कमरप्रीत सिंह बाली घरों बन के बच्चे आए हैं। कमरप्रीत सिंह बाली कमरप्रीत संडे पंजाबी स्कूल का बच्चा है। हाँ जी हाँ जी कमरप्रीत आओ भाई शाबाश बाली ये बच्चा संडे पंजाबी क्लास का फस्ट ग्रेड का बच्चा है। इसनों सत पौड़ियाँ का पाठ सारे गुरुओं की जानकारी सारे साहबजादे का नाम दिता। बोले सो निहाल। हाँ जी नंबर दो ते आए ने सहजदीप सिंह सहजदीप सिंह बासल हो बेटा जी बोले सो निहाल। हाँ जी नंबर तीन शहबाज सिंह बहुत ही प्यारा नाम है शहबाज सिंह। बोले सो निहाल। हाँ जी हम जी जो बच्चे जिन्होंने गुरु घर आ के दस्तार सजाइया ने उन्होंने नाम लाए जाएंगे। नंबर एक अरमान सिंह शाबाश।
ਬਹੁਤ ਪਿਆਰਾ ਬੱਚਾ ਅੰਮ੍ਰਿਤਧਾਰੀ ਪੱਖ ਤੁਹਾਡੇ ਸਾਹਮਣੇ ਹੈ। ਬੋਲੇ ਸੋਨਿਹਾਲ। ਹਾਂਜੀ, ਨੰਬਰ ਦੋ ਜੈਦੇਵ ਸਿੰਘ। ਜੈਦੇਵ ਸਿੰਘ, ਇਸ ਬੱਚੇ ਨੇ ਪੱਗ ਥੋੜ੍ਹੀ ਜਿਹੀ ਪਹਿਲਾਂ ਬੰਨੀ ਸੀ, ਬਾਕੀ ਆਪ ਬਿਨਾਂ ਸ਼ੀਸ਼ੇ ਤੋਂ ਵੀ ਬੰਨੀ ਹੈ। ਜੈਦੇਵ ਸਿੰਘ ਬੋਲੇ ਸੋਨਿਹਾਲ। ਨੰਬਰ ਤਿੰਨ, ਨੰਬਰ ਤਿੰਨ 'ਤੇ ਸਾਡੇ ਤਿੰਨ ਜਵਾਨ ਨੇ, ਉਹ ਦੋ ਜਣੇ ਨੇ ਜਿਨ੍ਹਾਂ ਨੂੰ ਬਰਾਬਰ ਹੀ ਚੁਣਿਆ ਗਿਆ ਹੈ। ਗੌਰਵਦੀਪ ਸਿੰਘ, ਗੌਰਵਦੀਪ ਸਿੰਘ, ਚੁਪਿੰਦਰ ਸਿੰਘ, ਇਹ ਦੋਨੋਂ ਬੱਚੇ ਸੇਮ ਸਨ, ਬਰਾਬਰ ਨੇ। ਬੋਲੇ ਸੋਨਿਹਾਲ। ਹਾਂਜੀ, ਤੀਸਰਾ ਗਰੁੱਪ ਉਹ ਬੱਚੇ ਜਿਨ੍ਹਾਂ ਨੇ ਬਿਨਾਂ ਸ਼ੀਸ਼ੇ ਤੋਂ ਘਰੋਂ ਵੀ ਨਹੀਂ ਆਹ ਬਣ ਕੇ ਦਸਤਾਰਾਂ ਸਜਾਈਆਂ ਨੇ, ਉਹਨਾਂ ਵਿੱਚ ਦਿਲਰਾਜ ਸਿੰਘ, ਸ਼ਾਬਾਸ਼ ਛੋਟਾ ਬੱਚਾ ਹੈ, ਦਿਲਰਾਜ ਸਿੰਘ, ਇਹਨਾਂ ਬੱਚਿਆਂ ਨੂੰ ਤੁਹਾਡੀ ਜਾਣਕਾਰੀ ਲਈ ਨਕਦ ਇਨਾਮ ਦਿੱਤੇ ਜਾ ਰਹੇ ਨੇ। ਬੋਲੇ ਸੋਨਿਹਾਲ। ਸੰਗਤ ਨੂੰ ਬੇਨਤੀ ਹੈ ਕਿ ਜਰਾ ਜਕਾਰੇ ਦਾ ਜਵਾਬ ਹਿੰਮਤ ਨਾਲ ਦੇਣ ਦਾ ਕਿਰਪਾਲਤਾ ਕਰੋ। ਹਾਂਜੀ, ਗੁਰਸ਼ਾਨ ਸਿੰਘ, ਗੁਰਸ਼ਾਨ, ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਬੜਾ ਉਤਸ਼ਾਹ ਦਿਖਾਇਆ ਹੈ, ਇਹਨਾਂ ਦੇ ਉਸਤਾਦ ਦੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬੱਚਿਆਂ ਨੂੰ ਜਾ ਸਿਖਾਈ ਹੈ। ਮਗੇਰ ਸਿੰਘ, ਮਗੇਰ ਸੰਡੇ ਪੰਜਾਬੀ ਕਲਾਸ ਦਾ ਸਟੂਡੈਂਟ, ਪੰਜਾਬੀ ਪੜ੍ਹਨ ਵਿੱਚ A1, ਹੈਂਡ ਰਾਈਟਿੰਗ ਤੋਂ ਥੋੜ੍ਹੀ ਜਿਹੀ ਮਾਰ ਖਾਂਦਾ, ਪੜ੍ਹਦਾ ਬਹੁਤ ਹੀ ਆ ਜਿਸ ਤਰ੍ਹਾਂ ਆਪਾਂ ਪੰਜਾਬੀ ਪੜ੍ਹਦੇ ਹਾਂ। ਬੋਲੇ ਸੋਨਿਹਾਲ। ਹਾਂਜੀ, ਚੌਥਾ ਛੋਟਾ ਜਿਹਾ ਬੱਚਾ ਜਿਹਨੂੰ ਸਪੈਸ਼ਲ ਜੱਜ ਸਾਹਿਬਾਨ ਵੱਲੋਂ ਚੁਣਿਆ ਗਿਆ ਹੈ, ਫਤਿਹ ਸਿੰਘ। ਫਤਿਹ ਸਿੰਘ ਸਭ ਤੋਂ ਛੋਟਾ ਹੈ ਔਰ ਇਸਨੇ ਪੱਗ ਆਹ ਬੰਨੀ ਹੈ, ਦਸਤਾਰ ਆਹ ਬੰਨੀ ਹੈ ਔਰ ਇਸ ਨੂੰ ਸਪੈਸ਼ਲ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਬੋਲੇ ਸੋਨਿਹਾਲ। ਹਾਂਜੀ, ਇਹ ਸਨ ਦਸਤਾਰ ਦੇ ਸੰਬੰਧ ਵਿੱਚ ਬੱਚਿਆਂ ਦਾ ਪ੍ਰੋਗਰਾਮ, ਜੋ ਬਹੁਤ ਵਧੀਆ ਢੰਗ ਨਾਲ ਜਿਨ੍ਹਾਂ ਨੇ ਪ੍ਰਬੰਧ ਕੀਤਾ ਹੈ। ਹੁਣ ਸਾਡੀਆਂ ਲੜਕੀਆਂ, ਹਾਂਜੀ, ਉਹਨਾਂ 'ਚ ਸਭ ਤੋਂ ਪਹਿਲਾਂ ਮੈਂ ਚਾਰ ਬੱਚੀਆਂ ਨੇ ਜੋ ਅੰਮ੍ਰਿਤਧਾਰੀ ਹਨ, ਪੂਰਨ ਗੁਰਸਿੱਖ, ਜਿਨ੍ਹਾਂ ਬਾਰੇ ਤੁਸੀਂ ਕਾਫੀ ਜਾਣਦੇ ਵੀ ਹੋ ਕਿ ਲਗਾਤਾਰ ਗੁਰੂ ਘਰ ਦੇ ਵਿੱਚ 2-3 ਸਾਲ ਤੋਂ, ਜਿੰਨੀ ਮੇਰੀ ਜਾਣਕਾਰੀ ਹੈ, ਵੱਧ ਵੀ ਹੋ ਸਕਦਾ ਹੈ, ਉਹ ਇੱਥੇ ਕੀਰਤਨ ਵੀ ਕਰਦੀਆਂ ਹਨ। ਉਹਨਾਂ ਬੱਚੀਆਂ ਨੂੰ ਮੈਂ ਨਾਮ ਲਵਾਂਗਾ ਪਹਿਲਾਂ ਚਾਰ ਦਾ, ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਆਣ ਕੇ ਆਪਣੇ ਸਨਮਾਨ ਲੈਣ। ਸਭ ਤੋਂ ਪਹਿਲਾਂ ਸੁਖਵੀਰ ਕੌਰ ਗਿੱਲ, ਬੀਬਾ ਸੁਖਵੀਰ ਕੌਰ ਗਿੱਲ, ਬੋਲੇ ਸੋਨਿਹਾਲ। ਅੰਮ੍ਰਿਤ ਕੌਰ ਗਿੱਲ, ਅੰਮ੍ਰਿਤ ਗਿੱਲ,
ਬੋਲੇ ਸੋ ਨਿਹਾਲ ਜੈਸਮੀਨ ਕੌਰ ਦਾ ਘਰ ਜੈਸਮੀਨ ਦੀ ਬਾਗ बोले सो निहार ये सन गुरवीर कौर गिल सॉरी गुरवीर कौर गिल ये चारे बच्चियां गुरु घर दे विच कीर्तन करके ਸਿਵਾਏ ਵੀ ਨਿਭਾ ਰਹੀਆਂ ਨੇ ਔਰ ਸਾਰੀਆਂ ਹੀ ਹਾਰਮੋਨੀਅਮ ਦੇ ਤਬਲੇ ਨਾਲ ਕੀਰਤਨ ਕਰਦੀਆਂ ਹਨ ਸੋ ਇਹ ਬੱਚੀਆਂ ਵਧਾਈ ਦੀਆਂ ਪਾਤਰ ਹਨ ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੋਲੇ ਸੋ ਨਿਹਾਲ ਨਹੀਂ ਹੁਣ ਜਿਹੜੇ ਬੱਚਿਆਂ ਨੇ ਪਾਰਟੀਸਪੇਟ ਕੀਤਾ ਹੈ ਜਿਨ੍ਹਾਂ ਬੱਚਿਆਂ ਨੇ ਪਾਰਟੀਸਪੇਟ ਸਭ ਨੂੰ ਹੀ ਮੈਡਲ ਜਿਹੜੇ ਨੇ ਪਾਏ ਜਾਣਗੇ ਸਾਰੇ ਬੱਚਿਆਂ ਨੇ ਇੱਥੇ ਹੀ ਆਰਾਮ ਨਾਲ ਕਿਉਂਕਿ ਤੁਹਾਡਾ ਇਹ ਵੀ ਇੱਕ ਇਗਜ਼ਾਮ ਹੈ ਕਿ ਤੁਸੀਂ ਸੰਗਤ ਵਿੱਚ ਕਿਸ ਤਰ੍ਹਾਂ ਬੈਠਦੇ ਹੋ ਇੱਥੋਂ ਅਸੀਂ ਕੀ ਸਿੱਖਿਆ ਗੁਰੂ ਘਰ ਵਿੱਚ ਆਣ ਕੇ ਕੀ ਸਿੱਖਦੇ ਹਾਂ ਇਸੇ ਕੰਮ ਲਈ ਅਸੀਂ ਇੱਥੇ ਮੈਂ ਨਾਂ ਲੈਣਾ ਨਾਂ ਲੈ ਹਾਂਜੀ ਇਹ ਬੱਚੀਆਂ ਨੂੰ ਧਿਆਨ ਦੇਣ ਮੇਰੇ ਵੱਲ ਸਿਮਰਤ ਕੌਰ ਸਿੰਧੀਆ ਸਿਮਰਨ ਮਹੀਪ ਗਿਆਨਪ੍ਰੀਤ ਜਸਪ੍ਰੀਤ ਜਪਲੀਨ ਮਨਮੀਤ ਗੁਰਬਖਸ਼ ਹਰਪ੍ਰੀਤ ਦਿਲਗੀਰ ਇਹ ਬੱਚੇ ਵੀ ਆ ਜਾਣ ਔਰ ਸ਼ਾਬਾਸ਼ ਹਾਂ ਸੱਚੇ ਸੱਚੇ ਬੇਟੇ ਨਾਲ ਦੀ ਨਾਲ ਆਪਣੀ ਫੋਟੋ ਕਰਾਓ ਸ਼ਾਬਾਸ਼ ਹਾਂ ਸ਼ਾਬਾਸ਼ ਮਾਈ ਇਹ ਬੱਚੀਆਂ ਵਿੱਚੋਂ ਬਹੁ ਗਿਣਤੀ ਸੰਡੇ ਪੰਜਾਬੀ ਸਕੂਲ ਦੀਆਂ ਬੱਚੀਆਂ ਹਨ ਹਾਂਜੀ ਬਾਕੀ ਜਿਹਨਾਂ ਬੱਚਿਆਂ ਨੇ ਪਾਰਟੀਸਪੇਟ ਕੀਤਾ ਹੈ ਤੁਹਾਡੇ ਪਾਸ ਆ ਕੇ ਹੀ ਤੁਹਾਨੂੰ ਸਨਮਾਨਿਤ ਕੀਤਾ ਜਾਏਗਾ ਸੋ ਸਾਹਮਣੇ ਬੜੇ ਹੀ ਪਿਆਰ ਦੇ ਨਾਲ ਬੈਠੇ ਰਹਿਣਾ ਹੈ ਹਾਂਜੀ ਉਸੇ ਹਾਂ ਉਹਨਾਂ ਬੱਚਿਆਂ ਨੂੰ ਕੌਂਸਲਰ ਬੰਗਾ ਸਾਹਿਬ ਸਰਦਰਸ਼ਨ ਸਿੰਘ ਜੀ ਗਿੱਲ ਬੱਚਿਆਂ ਨੂੰ ਸਨਮਾਨ ਦੇ ਰਹੇ ਨੇ ਇਹ ਸਨਮਾਨ ਸਧਾਰਨ ਗੱਲ ਨਹੀਂ ਹੁੰਦੀ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਹ ਥੋੜ੍ਹਾ ਸਮਾਂ ਹੀ ਬੈਠਣ ਦੀ ਕੋਸ਼ਿਸ਼ ਕਰਨ ਤੁਹਾਡੇ ਬੱਚੇ ਹਨ ਇਹਨਾਂ ਨੂੰ ਉਤਸ਼ਾਹ ਤੁਹਾਂ ਕਰਨਾ ਹੈ ਜੋ ਸਾਡਾ ਫਰਜ਼ ਹੈ ਅਸੀਂ ਉਸੇ ਹਿਸਾਬ ਨਾਲ ਪ੍ਰੋਗਰਾਮ ਉਲੀਕ ਰਹੇ ਹਾਂ ਤਾਂ ਜੋ ਕਿ ਬੱਚੇ ਸਿੱਖੀ ਦੇ ਨਾਲ ਜੁੜ ਸਕਣ ਸੋ ਮੇਰੀ ਬੇਨਤੀ ਹੈ ਕਿ ਆਪਾਂ ਥੋੜ੍ਹਾ ਚਿਰ ਠਹਿਰ ਕੇ ਵੀ ਲੰਗਰ ਛਕ ਸਕਦੇ ਹਾਂ ਵਿਸ਼ੇਸ਼ ਕਰਕੇ ਬੀਬੀਆਂ ਧੰਵਾਦੀ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ ਵੀ ਥੱਲੇ ਕੋਈ ਨਹੀਂ ਗਿਆ
ਬੋਲੇ ਸੋ ਨਿਹਾਲ। ਤਗੜੇ ਜਿਕਾਰਾ ਬੋਲੋ ਬਈ, ਬੋਲੇ ਸੋ ਨਿਹਾਲ। ਸੋ ਇਸ ਪ੍ਰੋਗਰਾਮ ਨੂੰ ਪਹਿਲਾਂ ਦੀ ਤਰ੍ਹਾਂ ਅਤੇ ਪਹਿਲਾਂ ਵਾਂਗ ਹੀ ਹੁਣ ਵਾਂਗ ਵੀ ਅਗਲੇ ਸਾਲਾਂ ਤੋਂ ਵੀ ਜਿਹੜਾ ਵਾ ਇਸੇ ਤਰ੍ਹਾਂ ਹੀ ਰੱਖਿਆ ਜਾਏਗਾ। ਹੋਰ ਇਸ ਤੋਂ ਉਪਰੰਤ ਜਿਹਨਾਂ ਦੇ ਸਨਮਾਨ ਹੈ, ਤੁਹਾਡੀ ਜਾਣਕਾਰੀ ਲਈ 11 ਤਰੀਕ ਨੂੰ ਬੜੀ ਮਾਣ ਵਾਲੀ ਗੱਲ ਹੈ, ਸਾਰੇ ਧਿਆਨ ਨਾਲ ਸੁਣੋ। ਸਿਟੀ ਹਾਲ ਦੇ ਵਿੱਚ ਨਿਸ਼ਾਨ ਸਾਹਿਬ ਚਲਾਇਆ ਗਿਆ, ਜਿਸ ਲਈ ਸਮੁੱਚੇ ਸਿੱਖ ਜਗਤ ਨੂੰ ਮਾਣ ਵਾਲੀ ਗੱਲ ਹੈ ਕਿ ਦੂਸਰੇ ਦੇਸ਼ਾਂ ਵਿੱਚ ਵੀ ਆਣ ਕੇ ਤੁਸੀਂ ਕਿਹੋ ਜਿਹੀਆਂ ਮੱਲਾਂ ਮਾਰੀਆਂ ਨੇ। ਪਾਰਲੀਮੈਂਟ ਵਿੱਚ ਵੀ ਲਗਾਤਾਰ ਵਿਸਾਖੀ ਦਾ ਦਿਹਾੜਾ ਜਿਹੜਾ ਮਨਾਇਆ ਗਿਆ ਹੈ। ਇਹਨਾਂ ਸਭ ਗੱਲਾਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਪਹਿਲਾਂ ਨਾਲੋਂ ਵੀ ਇਹ ਸਾਡਾ ਦੇਸ਼ ਹੈ, ਇਸਦੀ ਦੇਸ਼ ਦੀ ਤਰੱਕੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਪਹਿਲਾਂ ਦੀ ਤਰ੍ਹਾਂ ਹੀ ਯੋਗਦਾਨ ਪਾਉਣਾ ਹੈ। ਔਰ ਹਰ ਖੇਤਰ ਵਿੱਚ, ਚਾਹੇ ਉਹ ਰਾਜਨੀਤਿਕ ਹੈ, ਆਰਥਿਕ ਪੱਖ ਹੈ, ਕੋਈ ਵੀ ਹੈ, ਉਹਦੇ 'ਚ ਵੱਧ ਤੋਂ ਵੱਧ ਸਮੂਹ ਹੋਣਾ ਚਾਹੀਦਾ ਹੈ। ਇਸ ਲਈ ਤੁਸੀਂ ਸਭ ਧੰਨਵਾਦੀ ਹੋ। ਹਾਂਜੀ, ਪੈ ਗਏ ਬੋਲੇ ਸੋ ਨਿਹਾਲ। ਜਿਨ੍ਹਾਂ ਬੱਚਿਆਂ ਨੇ ਸਨਮਾਨ ਚ ਲੈ ਲਏ ਨੇ ਉਹ ਬੈਠ ਜਾਣ। ਹਾਂਜੀ, ਜਿਨ੍ਹਾਂ ਬੱਚਿਆਂ ਨੇ ਆਪਣਾ ਨੂੰ ਸਨਮਾਨ ਹੋ ਚੁੱਕੇ ਨੇ ਉਹ ਬੈਠ ਜਾਓ। ਸ਼ਾਬਾਸ਼। ਹਾਂਜੀ, ਧਿਆਨ ਦੇਣਾ। ਅਣਖੀ ਰੂਪ ਦਸਤਾਰ ਦਾ ਵੇਖਣਾ ਜੇ, ਅਣਖੀ ਰੂਪ ਦਸਤਾਰ ਦਾ ਵੇਖਣਾ ਜੇ, ਸਿੰਘ ਚਰਖੜੀਆਂ ਉੱਤੇ ਚੜ੍ਹੇ ਵੇਖੋ। ਬੰਦਾ ਬਹਾਦਰ ਅਤੇ ਉਸਦੇ ਸਾਥੀਆਂ ਨੂੰ, ਬੰਦਾ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਲਾੜੀ ਮੌਤ ਪਰ ਲਾਉਣ ਲਈ ਖੜ੍ਹੇ ਵੇਖੋ। ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ, ਭਾਈ ਮਨੀ ਸਿੰਘ ਜੀ, ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ, ਮੁੱਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ। ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਣ ਵੇਲੇ ਤਾਰੂ ਸਿੰਘ ਨੂੰ ਚਾਹ ਪਈ ਚੜ੍ਹੇ ਵੇਖੋ। ਸਮੇਂ ਸਮੇਂ 'ਤੇ ਕਰ ਕਰ ਜ਼ੁਲਮ ਜ਼ਾਲਮ, ਸਮੇਂ ਸਮੇਂ 'ਤੇ ਕਰ ਕਰ ਜ਼ੁਲਮ ਜ਼ਾਲਮ, ਉੱਪਰੋਂ ਜਿੱਤੇ ਪਰ ਵਿੱਚੋਂ ਹਾਰ ਗਏ ਸਨ, ਸਿੰਘ ਹੋਏ ਪਰ ਤੂੰ ਸਵਾਏ ਇੱਧਰ, ਸਰਦਾਰੀ ਬੋਲਦੀ ਦਿਸੀ ਦਸਤਾਰ ਵਿੱਚੋਂ। ਦਸਤਾਰ ਬਖਸ਼ਦੀ ਰੂਹ ਦੀ ਪਾਤਸ਼ਾਹੀ, ਦਸਤਾਰ ਬਖਸ਼ਦੀ ਰੂਹ ਦੀ ਪਾਤਸ਼ਾਹੀ, ਜਲਵਾ ਇਸ ਸ਼ਾਹਾਂ ਦੇ ਸ਼ਹਿਨ ਸ਼ਾਹਾਂ ਦਾ ਹੈ, ਇਹ ਤੋਹਫ਼ਾ ਹੈ ਸ਼ਾਹਾਂ ਦੇ ਸ਼ਹਿਨ ਸ਼ਾਹਾਂ ਦਾ, ਇਹ ਦਾਨ ਗਰੀਬ ਨਵਾਜ ਦਾ ਹੈ, ਭਗਤੀ ਸ਼ਕਤੀ ਦਾ ਬਣਿਆ ਹੈ ਇਹ ਸੰਗਮ, ਭਗਤੀ ਸ਼ਕਤੀ ਦਾ ਬਣੀ ਹੈ ਇਹ ਸੰਗਮ, ਰੂਪ ਇਸ ਦਾ ਯੋਗ ਅਤੇ ਰਾਜ ਦਾ ਹੈ, ਇਹ ਵੇਸ ਹੈ ਸੂਰਮੇ ਅਤੇ ਫਕਰਾਂ ਦਾ, ਇਹ ਵੇਸ ਹੈ ਸੂਰਮੇ ਅਤੇ ਫਕਰਾਂ ਦਾ, ਇਹ ਤੇਜ ਉਹ ਨਖਾ ਹੈ ਸਰਤਾਜ ਦਾ ਹੈ। ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ, ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ, ਦਿਲ ਕਦੇ ਨਾ ਛੱਡਿਆ ਖਾਲਸੇ ਨੇ, ਇਸ ਵੱਲ ਜਿਸ ਦੇ ਦੇਖਿਆ ਅੱਖ ਕੜੀ, ਫਸਤਾ ਉਸੇ ਦਾ ਵੱਡਿਆ ਖਾਲਸੇ ਨੇ। ਇਹਦੇ ਰਾਹਾਂ 'ਚ ਕੰਡੇ ਜਿਸ ਬੀਜੇ, ਇਹਦੇ ਰਾਹਾਂ 'ਚ ਕੰਡੇ ਜਿਸ ਬੀਜੇ, ਕੰਡਾ ਉਸੇ ਦਾ ਕੱਢਿਆ ਖਾਲਸੇ ਨੇ। ਲਾਲ ਕਿਲੇ ਤੋਂ ਕਿਲਾ ਜਮਰੌਦ ਤੀਕਰ, ਲਾਲ ਕਿਲੇ ਤੋਂ ਕਿਲਾ ਜਮਰੌਦ ਤੀਕਰ, ਝੰਡਾ ਕੇਸਰੀ ਕੱਢਿਆ ਖਾਲਸੇ ਨੇ। ਧੁੰਮਾਂ ਪਈਆਂ ਸਨ ਸ਼ੇਰੇ ਪੰਜਾਬ ਦੀਆਂ,
ਤੁਮਾ ਪਈਆਂ ਸਨ ਛੇਰੇ ਪੰਜਾਬ ਦੀਆਂ ਸਿੱਖੀ ਝਲਕੀ ਸੀ ਨਲੂਏ ਸਰਦਾਰ ਵਿੱਚੋਂ ਕੋਨੇ ਕੋਨੇ ਚੋਂ ਉਦੋਂ ਸੰਸਾਰ ਅੰਦਰ ਸਰਦਾਰੀ ਬੋਲਦੀ ਦਿਸੀ ਦਸਤਾਰ ਵਿੱਚੋਂ ਸਰਦਾਰੀ ਬੋਲਦੀ ਦਿਸੀ ਦਸਤਾਰ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਪ੍ਰੋਗਰਾਮ ਰਾਮ ਸਾਡੇ ਸੈਕਟਰੀ ਸਾਹਿਬ ਆਪ ਜੀ ਨਾਲ ਸਾਂਝਾ ਕਰਨਗੇ ਜੋ ਛਤਰ ਦੇ ਮਾਲਕ ਜਾਗ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੇ ਪਾਤਰ ਗੁਰੂ ਪਿਆਰੇ ਗੁਰੂ ਸਾਹਿਬ ਜੀ ਆਓ ਆਪਾਂ ਪਹਿਲਾਂ ਤਾਂ ਖਾਲਸੇ ਦੇ ਜਨਮ ਦਿਨ 'ਤੇ ਗੱਜ ਵੱਜ ਕੇ ਫਤਿਹ ਜ਼ਰੂਰ ਵਜਾਉਣੀ ਹੈ ਕੋਈ ਇਹੋ ਜਿਹਾ ਮੁਖਾਰਬਿੰਦ ਨਾ ਰਹੇ ਜਿਹਦੇ ਅੰਦਰੋਂ ਇਹ ਆਵਾਜ਼ ਨਾ ਨਿਕਲੇ ਕਿ ਅੱਜ ਜੋ ਦਿਹਾੜਾ ਅਸੀਂ ਮਨਾ ਰਹੇ ਹਾਂ ਇਹ ਉਸ ਦਸਵੇਂ ਪਾਤਸ਼ਾਹ ਦੀ ਐਸੀ ਬਖਸ਼ਿਸ਼ ਹੈ ਕਿ ਸਾਨੂੰ ਸਾਰੀ ਦੁਨੀਆਂ 'ਚ ਇਹ ਮਾਣ ਦਵਾ ਰਿਹਾ ਹੈ ਸੋ ਆਓ ਗੱਜ ਵੱਜ ਕੇ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਠਾਨਕੋਟ ਸ਼ੁਕਰਾਨਾ ਹੈ ਦਸਮ ਪਿਤਾ ਦਾ ਪਰਿਵਾਰ ਵਾਰ ਕੇ ਇਸ ਪਰਿਵਾਰ ਨੂੰ ਮਾਣ ਦਿੱਤਾ ਔਰ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਆ ਕੇ ਆਪਾਂ ਬੜੀ ਧੂਮਧਾਮ ਦੇ ਨਾਲ ਅੱਜ ਦਾ ਦਿਨ ਕਿਤੇ ਵੀ ਕਿਸੇ ਦੇਸ਼ ਕਿਸੇ ਥਾਂ 'ਤੇ ਕੋਈ ਸਿੱਖ ਵੱਸ ਰਿਹਾ ਹੈ ਅਤੇ ਅੱਜ ਦੇ ਦਿਨ ਨੂੰ ਨਮਸਕਾਰ ਕਰ ਰਿਹਾ ਹੈ ਅੱਜ ਦੇ ਦਿਨ ਦੀ ਤਾਰੀਫ ਕਰ ਰਿਹਾ ਹੈ ਕਿ ਉਸ ਸਤਿਗੁਰੂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਕਿ ਅਸੀਂ ਜਿੱਥੇ ਵੀ ਹਾਂ ਭਾਵੇਂ ਪ੍ਰਦੇਸ਼ਾਂ 'ਚ ਹਾਂ ਉੱਥੇ ਵੀ ਸਾਨੂੰ ਮਾਣ ਮਿਲ ਰਿਹਾ ਹੈ ਇਸੇ ਤਰ੍ਹਾਂ ਹੀ ਇੱਥੇ ਜੋ ਇਸ ਸ਼ਹਿਰ ਵਿੱਚ 11 ਤਰੀਕ ਨੂੰ ਆਪਾਂ ਨੂੰ ਮਾਣ ਮਿਲਿਆ ਕਿ ਨਿਸ਼ਾਨ ਸਾਹਿਬ ਸਿਟੀ ਹਾਲ 'ਤੇ ਝੂਲੇ ਸਿਟੀ ਕੌਂਸਲ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹ ਜੋ ਮਾਣ ਜੋ ਸਤਿਕਾਰ ਖਾਲਸੇ ਨੂੰ ਸਿੱਖਾਂ ਨੂੰ ਬਖਸ਼ਿਆ ਹੈ ਇਹ ਬਹੁਤ ਵੱਡਾ ਮਾਣ ਹੈ ਆਮ ਨਹੀਂ ਮਿਲਦਾ ਇਹ ਵਡਿਆਈ ਸਤਿਗੁਰੂ ਦੀ ਹੈ ਜਿਸਦੇ ਕਰਕੇ ਸਾਨੂੰ ਇਹ ਮਾਣ ਮਿਲਿਆ ਉਸ ਦਿਨ ਅਸੀਂ ਇਹ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਕੌਂਸਲਰ ਮਹਿੰਦਰ ਸਿੰਘ ਜੀ ਬੰਗਾ ਇਹਨਾਂ ਨੂੰ ਇਹ ਬਖਸ਼ਿਸ਼ ਹੋਈ ਕਿ ਇਹਨਾਂ ਨੇ ਉਹ ਨਿਸ਼ਾਨ ਸਾਹਿਬ ਚਲਾਇਆ ਉੱਥੇ ਇਹਨਾਂ ਦੇ ਕਾਰ ਕੰਮਾਂ ਦੇ ਨਾਲ ਨਿਸ਼ਾਨ ਸਾਹਿਬ ਝੂਲਿਆ ਉੱਥੇ ਔਰ ਬਾਕੀ ਸਾਰੀ ਸੰਗਤ ਉੱਥੇ ਸੀ ਜਿੱਥੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਬਹੁਤ ਬਹੁਤ ਧੰਨਵਾਦ ਸਿਟੀ ਕੌਂਸਲ ਦਾ ਉਹਨਾਂ ਦੇ ਮੇਅਰ ਦਾ ਔਰ ਸਾਰੇ ਕੌਂਸਲ ਦਾ ਕਰਦਾ ਹਾਂ ਜਿਹਨਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਇਹ ਇੱਥੋਂ ਦੇ ਇਤਿਹਾਸ ਵਿੱਚ ਸ਼ਹਿਰ ਦੇ ਇਤਿਹਾਸ ਵਿੱਚ ਅਲਬਰਟਾ ਦੇ ਇਤਿਹਾਸ ਵਿੱਚ ਪਹਿਲਾ ਦਿਨ 11 ਅਪ੍ਰੈਲ 11 ਵਜੇ ਉਹ ਸਾਨੂੰ ਇਹ ਮਾਣ ਮਿਲਿਆ ਉਸ ਤੋਂ ਬਾਅਦ ਸਾਨੂੰ ਇਹ ਮਾਣ ਮਿਲਿਆ ਗੌਰਮੈਂਟ ਆਫ ਅਲਬਰਟਾ ਵੱਲੋਂ ਵੀ ਜਿਹਨਾਂ ਨੇ ਸਾਨੂੰ ਇਹ ਸਤਿਕਾਰ ਬਖਸ਼ਿਆ ਕਿ ਸਾਰੇ ਦਾ ਸਾਰਾ ਮਹੀਨਾ ਹੀ ਸਾਡਾ ਵਿਰਸੇ ਦਾ ਮਹੀਨਾ ਹੈ ਖਾਲਸੇ ਦੇ ਜਨਮ ਦਿਨ ਦਾ ਸਾਰਾ ਮਹੀਨਾ ਅਸੀਂ ਮਨਾਉਣਾ ਹੈ ਸਿੱਖ ਹੈਰੀਟੇਜ ਮੰਥ ਜਿਹੜਾ ਅਪ੍ਰੈਲ ਸਾਰੇ ਦਾ ਸਾਰਾ ਉਹਨਾਂ ਨੇ ਡਿਕਲੇਅਰ ਕੀਤਾ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਸੋ ਇਸ ਦੇ ਨਾਲ ਨਾਲ ਮੈਂ ਉਹਨਾਂ ਪੇਰੈਂਟਸ ਨੂੰ ਤਹਿ ਦਿਲੋਂ ਉਹਨਾਂ ਧੰਨਵਾਦ ਕਰਦਾ ਹਾਂ ਸ਼ੁਕਰਾਨਾ ਕਰਦਾ ਹਾਂ ਔਰ ਰਿਣੀ ਵੀ ਹਾਂ ਜਿਹਨਾਂ ਨੇ ਇਹਨਾਂ ਬੱਚਿਆਂ ਨੂੰ ਇਹ ਦਸਤਾਰ ਸਿਖਾਈ ਹੈ ਬੰਨਣੀ ਸਿਖਾਈ ਹੈ ਉਸ ਤੇ ਰਖਾਈ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਸਾਬਤ ਸੂਰਤ ਦਸਤਾਰ ਸਿਰਾ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਸਾਡਾ ਫਰਜ਼ ਵੀ ਬਣਦਾ ਹੈ ਇਹਨੂੰ ਰੱਖਣਾ ਸੋ ਇਹਨਾਂ ਨੇ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਉਹਨਾਂ ਮਾਪਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਦੀ ਨਾਲ ਇਹ ਟੀਮ ਜੋ ਜਿਸਨੇ ਅੱਜ ਇਹਨਾਂ ਦੇ ਇਹਨਾਂ ਨੂੰ ਪ੍ਰੇਰਿਆ ਵੀ ਹੈ ਔਰ ਨਾਲ ਦੇ ਨਾਲ ਇਹਨਾਂ ਨੂੰ ਇਹਨਾਂ ਦਾ ਜੋ ਰਿਜ਼ਲਟ ਕੱਢਿਆ ਹੈ ਸਾਡੇ ਭਾਈ ਸਾਹਿਬ ਭਾਈ ਗੁਰਵੀਰ ਸਿੰਘ ਸੰਧੂ ਇਹਨਾਂ ਨਾਲ ਚਰਨਜੀਤ ਸਿੰਘ ਦਾਖਾ ਔਰ ਸਾਡੇ ਕਮੇਟੀ ਦੇ ਵਾਈਸ ਪ੍ਰੈਜੀਡੈਂਟ ਦਰਸ਼ਨ ਸਿੰਘ ਜੀ ਗਿੱਲ ਔਰ ਸਾਰੇ ਸਾਥੀ ਜਿਹੜੇ ਸੀਗੇ ਨਾਲ ਉਹਨਾਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਔਰ ਨਾਲ ਦੀ ਨਾਲ ਬੇਨਤੀ ਹੈ ਕਿ ਸਾਡੇ ਜੋ ਦਸਤਾਰ ਸਿਖਾ ਰਹੇ ਨੇ ਸਰਮਨਜੀਤ ਸਿੰਘ ਜੀ ਅਸੀਂ ਉਹਨਾਂ ਨੂੰ ਸਤਿਕਾਰ ਕਰਨਾ ਚਾਹੁੰਦੇ ਹਾਂ ਸਰੋਪੇ ਦੇ ਨਾਲ ਮੈਂ ਬੇਨਤੀ ਕਰਦਾ ਕਿ ਉਹ ਇੱਥੇ ਆਉਣ ਔਰ ਉਹ ਇਸ ਕਰਕੇ ਕਿ ਉਹ ਹਰ ਐਤਵਾਰ ਆ ਕੇ ਇੱਥੇ ਬੱਚਿਆਂ ਨੂੰ ਸਿਖਾਉਂਦੇ ਨੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਬੜੀ ਮਿਹਨਤ ਹੁੰਦੀ ਉਹਨਾਂ ਦੀ
ਸੋ ਹੋਇਆ ਵੀ ਇਹ ਇੱਕ ਬਹੁਤ ਹੀ ਵੱਡਾ ਤੋਹਫ਼ਾ ਇਹਨਾਂ ਨੂੰ ਮਿਲਿਆ ਹੈ ਕਿ ਸਿਖਾਉਂਦੇ ਨੇ, ਕਿਉਂਕਿ ਕਿਸੇ ਨੂੰ ਸਿਖਾਲਣਾ, ਇਲਮ ਦੇਣਾ, ਗਿਆਨ ਦੇਣਾ, ਇਹ ਪਰਮਾਤਮਾ ਵੱਲੋਂ ਤੋਹਫ਼ਾ ਮਿਲਦਾ ਹੈ, ਹਿੰਮਤ ਵੀ ਉਹਦੇ ਵੱਲ ਮਿਲਦੀ ਹੈ। ਸੋ ਇਹ ਨੌਜਵਾਨ ਬਹੁਤ ਹੀ ਵਧੀਆ ਸੇਵਾ ਕਰਦੇ ਨੇ, ਔਰ ਅੱਗੇ ਤੋਂ ਵੀ ਸੰਗਤਾਂ ਨੂੰ ਬੇਨਤੀ ਹੈ, ਕਿਸੇ ਨੇ ਵੀ ਏਜ ਦਾ ਕੋਈ ਫਰਕ ਨਹੀਂ ਗਾ, ਕੋਈ ਨਹੀਂ ਪਿਆ, ਕੋਈ ਵੀ ਦਸਤਾਰ ਸਿੱਖਣਾ ਚਾਹੁੰਦਾ ਹੈ, ਇਸ ਕਾਲ ਨੂੰ ਤਿਆਰ ਦੇ, ਔਰ ਹਰ ਐਤਵਾਰ ਇੱਥੇ ਸਿਖਾਉਂਦੇ ਨੇ। ਅਸੀਂ ਕਮੇਟੀ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ ਸ਼੍ਰੋਮਣੀ ਨਾਲ ਗੁਰੂ ਬਖਸ਼ਿਸ਼ ਕਰੇ ਇਹਨਾਂ ਨੂੰ ਕਿ ਇਹ ਜੋ ਸੇਵਾ ਗੁਰੂ ਦੀ ਇਹਨਾਂ ਲਈ ਹੈ ਇਸੇ ਤਰ੍ਹਾਂ ਕਰਦੇ ਰਹਿਣ। ਜਾ ਤੋਂ ਮੇਰੇ ਵੱਲ ਹੈ ਤਾਂ ਕਿਆ ਮੁਸ਼ ਹੁੰਦਾ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ ਹੁੰਦਾ, ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਸੋਚ ਲੈ ਕੇ ਚੱਲੇ ਸੀ, ਇੱਕ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾਈ ਜਾਵੇ। ਬੱਚਿਆਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ, ਬੱਚਿਆਂ ਦੇ ਮਾਪਿਆਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ, ਅਤੇ ਸਭ ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਹਨਾਂ ਦੇ ਸਾਥ ਸਦਕਾ ਜੋ ਇਹ 51 ਬੱਚੇ ਇਸ ਵਾਰ ਪਾਰਟੀਸਪੇਟ ਕਰ ਸਕੇ ਨੇ। ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਲੇ ਸਾਲ ਵਿਸਾਖੀ 'ਤੇ ਆਪਾਂ ਇਹਨਾਂ 51 ਨੰਬਰਾਂ ਨੂੰ ਘੱਟੋ ਘੱਟ 500 ਨੰਬਰਾਂ ਦੇ ਵਿੱਚ ਤਬਦੀਲ ਕਰਨਾ। ਵੱਧ ਚੜ ਕੇ ਇਸ ਉਪਰਾਲੇ ਨੂੰ ਘਰ ਘਰ ਪਹੁੰਚਾਓ। ਐਵਰੀ ਸੰਡੇ ਗੁਰਦੁਆਰਾ ਸਾਹਿਬ ਵਿਖੇ 1 ਤੋਂ 2 ਕਲਾਸਿਸ ਲੱਗ ਰਹੀਆਂ ਨੇ, ਜਿਹਦੇ ਵਿੱਚ ਕੋਈ ਏਜ ਲਿਮਿਟ ਨਹੀਂ, ਛੋਟਾ ਵੱਡਾ ਕੋਈ ਵੀ ਵਿਦਿਆਰਥੀ ਜਿਹੜਾ ਆ ਕੇ ਪੱਗ ਬੰਨਣੀ ਸਿੱਖ ਸਕਦਾ। ਭੁੱਲਾਂ ਚੁੱਕਾਂ ਦੀ ਮਾਫ਼ੀ, ਫਤਿਹ ਦਾ ਜਵਾਬ ਇੱਕ ਵਾਰੀ ਫਿਰ ਫਤਿਹ ਵਿੱਚ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ ਜਾਣੀ ਸੀਗੀ, ਉਹ ਮੌਸਮ ਦੀ ਖਰਾਬੀ ਦੇ ਕਾਰਨ ਅੱਗੇ ਪੋਸਟਪੋਨ ਕਰ ਦਿੱਤੀ ਗਈ ਹੈ। ਅਗਲੀਆਂ ਤਰੀਕਾਂ ਜੋ ਵੀ ਹੋਣਗੀਆਂ ਉਹ ਅਸੀਂ ਇੱਥੋਂ ਫਿਰ ਅਨਾਊਂਸ ਕਰਾਂਗੇ। ਨਗਰ ਕੀਰਤਨ ਲਈ ਸਾਨੂੰ ਵਾਲੰਟੀਅਰਸ ਦੀ ਲੋੜ ਹੈ। ਜੋ ਵੀ ਵਾਲੰਟੀਅਰ ਕਰਨ ਲਈ ਇੱਛੁਕ ਹੋਵੇ ਉਹ ਆਪਣੇ ਨਾਮ ਸਾਡੇ ਕੋਲ ਨੋਟ ਕਰਵਾ ਸਕਦੇ ਨੇ। ਇੱਕ ਲਾਈਵ ਪਲੇ ਕੁਲਤਾਰ ਜ਼ਮਾਈ, ਜੋ ਕਿ 1984 ਵਿਖੇ ਸਿੱਖਾਂ ਦੇ ਹੋਈ ਨਸਲਕੁਸ਼ੀ ਹਮਲੇ 'ਤੇ ਆਧਾਰਿਤ ਹੈ, 28 ਮਈ 2017 8712109 ਸਟਰੀਟ ਮੈਟਰੋ ਸਿਨੇਮਾ ਥੀਏਟਰ ਵਿਖੇ ਦਿਖਾਇਆ ਜਾ ਰਿਹਾ, ਜੋ ਕਿ ਇੰਗਲਿਸ਼ ਵਿੱਚ ਹੋਏਗਾ। ਇਹ ਪਲੇ ਪਿਛਲੇ 4 ਸਾਲਾਂ ਤੋਂ 56 ਦੇਸ਼ਾਂ ਦੇ ਵਿੱਚ ਦਿਖਾਇਆ ਜਾ ਚੁੱਕਿਆ ਅਤੇ ਲੋਕਾਂ ਨੇ ਬਹੁਤ ਉਤਸ਼ਾਹ ਵਧਾਇਆ ਇਹਨਾਂ ਦਾ, ਅਤੇ ਹੁਣ ਐਡਮਿੰਟਨ ਵਿਖੇ ਦਿਖਾਇਆ ਜਾ ਰਿਹਾ,
इस शो की कोई टिकट नहीं है। अपने सिख यूथ वॉलंटियर्स ने उन्होंने इनवाइट किया तो फ्री ऑफ कॉस्ट ये शो इतने दिखाया जाए। साड़ी समूह संगत का यह फर्ज बनता है कि असी अपने यूथ बच्चे जो शलाघा योग कदम कर चक्या गया उन्हां दी हेल्प करिए। तो नीचे लंगर हॉल दे विच ये बच्चे डोनेशनस एक्सैप्ट कर रहे हैं क्योंकि ये शो फ्री ऑफ कॉस्ट है। तो सानू सारे ही पता है कि उस वेले की होया पर जिहड़ी होर कम्यूनिटीज़ ने वो जाके देखणगियां उन्होंने भी 1984 बारे पता लगेगा। तो असी इन बच्चों के वध चढ़ के हेल्प करिए ते जो भी तिलकुल भेटा आप इन्हों डोनेशन के रूप में दे सकते हैं असी दईए। तो हुण भाई जगदेव सिंह साहुके जी का जथा 1 बजे तक सानू कवि सरवारा के नाल निहाल कर। वाहेगुरू जी का खालसा वाहेगुरू। हाथ जद किसे पाया होया उसे सत्यानाश वेखो राजे मंत्री फौजी जरनैल सारे सदा ਬਾਬੇ ਦੀ ਬਾਣੀ ਲੱਕ ਗਨਾਹੀ ਤਰ ਗਏ ਆ।
ਸਨੇ ਉਹ ਕਣ ਪਾਪ ਪੜੇ ਤੋਂ ਮਿਸ਼ਨੇ ਲੱਗਦੇ ਸਵਰਗ ਘੜੀ ਵਿੱਚ ਦਿਸਣੇ ਪਰ ਕੁਝ ਲੋੜ ਵਿਚਾਰਾਂ ਦੀ ਸੇਵਕ ਦਸ ਅਵਤਾਰਾਂ ਦੀ।
अटल चौर के तख्त में मालक जहर हजूर हाजरा हजूर सब का भरपूर आदि श्री गुरु ग्रंथ साहब की पावन पवित्र गोदा निक मान रही समुची सिख संगत गुरु रूप खालसा जीओ आओ सब तो पहला लवाओ जत्थे की हाजरी सतगुरां की बख्शी फतेह प्रवान करो कोई भी रसना कोई भी दीपा फतेह तो बाकी ना रह जाए गज के आखो जी वाहिगुरु जी का खालसा वाहिगुरु जी की फतेह। सो परसों तो लै करके आप धन गुरु दशमेश पिता बाजा वाले पातशाह जी ने जो अपना एक वखरा रूप वखरा बाणा वखरी सूरत सानू बाणी बख्शी बाणा बख्शिया पांच ककार बख्शी है सानू फतेह बख्शी है। आप परसों तो लै करके खालसा पंथ को समर्पित आप दिहाड़े मना रहे हैं। अज का दिवान भी आप खालसा दिवस को समर्पित जो मनाया जा रहा है। आओ अपन प्यारियों सत्कारयोग उन्हां बच्चों नूं सन्मान मिलिया है जिन्हां बच्चों ने सोहणियां दस्तारां सजाईआं ने उन्हां बच्चों नूं मान मिलिया जिन्हां ने कि खंडे बाटे का अमृत पान किया। गुरु प्यारियों ओ धन्ना माता पिता जिन्हां ने इन्हां बच्चों के विच ऐसे संस्कार पैदा किए उन्हां च ऐसे संस्कार भरे। आओ गुरु प्यारियों सानूं लोड़ आ साडे पंथ नूं अज मैं गल करनी है उस टाइम की कि जिस टाइम धन गुरु दशमेश पिता बाजा वाले पातशाह जी ने 1699 की विसाखी वाले दिन तीसरा पंथ खालसा पंथ साजिया। सो सब तो पहला मैं साढ़े सत्कार जो उन्होंने परिवारों का भी धन्यवाद करते हैं जेडे कि तकरीबन 15 साल तो लै करके गुरु के प्यारे आए साल इन दिनों के आप श्री गुरु ग्रंथ साहब जी का जो शुकराना करते हैं सरबत के भले के लिए बोभा राय परिवार गरेवाल परिवार सिख परिवार सिद्धू परिवार उन्होंने परिवारों का भी धन्यवाद। आओ गुरु को मैं जिस टाइम धन गुरु दशमेश पिता बाजा वाले पातशाह जी ने 1699 की विसाखी का दिन मुकर्र किया खालसा पंथ स्थापना करने के लिए आल वर्ल्ड के जिथे भी गुरु नानक नाम लेगा सिख वसते हैं सब का ही फरमान भेज दिते हैं। तो सतगुरु ने यह भी गल कह दी भी जो इस विसाखी से ना आया तो असी समझांगे वो गुरु तो बेमुख होया है धन गुरु नानक देव जी महाराज के दर तो वो बेमुख हो गया जिमें जिमें फरमान मिले है। तो धन गुरु दशमेश पिता बाजा वाले पातशाह जी का हुक्म मानते हुए तो श्री आनंदपुर साहब के समुची सिख कौम एकत्र हुई है विसाखी का दिहाड़ा आ गया। दशमेश पिता बाजा वाले पातशाह जी ने खुला पंडाल सजाया होया है दशमेश पिता बाजा वाले हाथ के लगी तलवार फड़ के इतिहास दसदा कि 80,000 के इकट्ठ को संबोधन किया जोश भरिया तकरीर कीतिया ने कि जो तो सानू अच एक शीस की लोड़ा कोई सूरमा कोई योधा उठे जिसनों अपनी जान नहीं प्यारी ते अपना शीस अपने गुरु को अर्पण कर दे। तो सब तो पहला भाई दया राम उठ के खड़ा होया लाहौर के रहने वाला गुरमुख दशमेश पिता बाजा वाले पातशाह ने दया उतों पैदा की है जिथे के पंचम पातशाह गुरु अर्जन देव जी महाराज को तसीहे देते के शहीद किया उतों दया चल के आई है। जो दूसरी बार फिर स्टेज पर आए है दया राम खत्री बाजा वाले पातशाह तंबू पिछे लगे गए है तलवार का खराक होया सीस धर तो अलग किया दशमेश पिता बाजा वाले पातशाह लहू नाल लिपड़े हुए वो तलवार लैके फिर आसमान लहराई है एक शीस की होर मंग की है तो धर्म चंद उठ के खड़ा हो गया दिल्ली के रहने वाला अस्त्रापुर के रहने वाला
ਆਪਣਾ ਸੀਸ ਅਰਪਣ ਕੀਤਾ। ਵਿਸ਼ਵੇਸ਼ਨ ਤਾਂ ਬਾਜਾ ਵਾਲੇ ਪਾਤਸ਼ਾਹ ਨੇ ਧਰਮ ਉੱਥੋਂ ਪੈਦਾ ਕੀਤਾ ਜਿੱਥੇ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਧਰਮ ਦੀ ਖਾਤਰ ਜੱਗੂ ਤਿਲਕ ਦੀ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਹੈ। ਉੱਥੋਂ ਧਰਮ ਆਇਆ ਚੱਲ ਕੇ ਬਾਜਾ ਵਾਲੇ ਪਾਤਸ਼ਾਹ ਜੀ ਨੇ ਜਦੋਂ ਤੀਸਰੀ ਵਾਰ ਫਿਰ ਆ ਕੇ ਸਮੁੱਚੀਆਂ ਸੰਗਤਾਂ ਨੂੰ ਸੰਬੋਧਨ ਕੀਤਾ, ਇੱਕ ਚੀਜ਼ ਦੀ ਹੋਰ ਮੰਗ ਕੀਤੀ ਹੈ ਨਾ, ਤਾਂ ਗੁਰਮੁਖੂ ਮੋਹਕਮ ਚੰਦ ਉੱਠ ਕੇ ਖੜਾ ਹੋ ਗਿਆ ਹੈ। ਦਵਾਰਕਾ ਦੇ ਰਹਿਣ ਵਾਲਾ ਸਤਿਗੁਰਾਂ ਨੇ ਉੱਥੋਂ ਮੋਹਕਮ ਪੈਦਾ ਕੀਤਾ, ਦ੍ਰਿੜਤਾ ਪੈਦਾ ਕੀਤੀ ਹੈ, ਜਿੱਥੇ ਕਿ ਕਥਾ ਜੁੜੀ ਹੋਈ ਹੈ। ਦਵਾਰਕਾ ਦੇ ਜੋ ਇੱਕ ਪੁਰੀ ਹੈ, ਜੋ ਹਿੰਦੂਆਂ ਦੀ ਸੱਤਾ ਪੁਰੀਆਂ ਦੇ ਵਿੱਚ ਇੱਕ ਪੁਰੀ ਆਉਂਦੀ ਹੈ, ਗੁਰਮੁਖ ਕਹਿੰਦੇ ਕ੍ਰਿਸ਼ਨ ਅਤੇ ਜਰਾਸੰਧ ਦਾ ਜੰਗ ਹੋਇਆ ਤੇ ਜਿਸ ਦੇ ਵਿੱਚ ਕ੍ਰਿਸ਼ਨ ਰਾਣ ਛੱਡ ਕੇ ਭੱਜ ਗਿਆ ਹੈ। ਜਦੋਂ ਪਤਾ ਲੱਗਾ ਮੈਥੋਂ ਇਹ ਜੰਗ ਜਿੱਤੀ ਨਹੀਂ ਜਾਣੀ, ਕਰਮ ਯੋਗੀ ਕ੍ਰਿਸ਼ਨ ਰਾਣ ਛੋੜ ਬਣ ਗਿਆ। ਰਾਣ ਛੋੜ ਮੰਦਰ ਵੀ ਬਣਿਆ ਹੋਇਆ ਉਹਦੀ ਯਾਦ ਦੇ ਵਿੱਚ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਉੱਥੋਂ ਮੋਹਕਮ ਪੈਦਾ ਕੀਤਾ, ਦ੍ਰਿੜਤਾ ਪੈਦਾ ਕੀਤੀ ਹੈ। ਖਾਲਸਾ ਕੀਮਾ ਕੀਮਾ ਹੋ ਸਕਦਾ ਹੈ, ਵੱਢਿਆ ਜਾ ਸਕਦਾ ਹੈ, ਪਰ ਮੈਦਾਨ ਨਹੀਂ ਛੱਡਦਾ। ਜਦੋਂ ਆ ਕੇ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਨੇ ਚੌਥੀ ਵਾਰ ਫਿਰ ਆਵਾਜ਼ ਦਿੱਤੀ ਹੈ ਨਾ, ਤਾਂ ਗੁਰੂ ਪਿਆਰਿਓ ਤਾਂ ਉਸ ਟਾਈਮ ਤੇ ਹਿੰਮਤ ਰਾਏ ਉੱਠ ਕੇ ਖੜਾ ਹੋ ਗਿਆ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਨੇ ਹਿੰਮਤ ਉੱਥੋਂ ਪੈਦਾ ਕੀਤੀ ਹੈ ਜਗਨਨਾਥਪੁਰ ਦੇ ਵਿੱਚੋਂ, ਜਿੱਥੇ ਕਿ ਕ੍ਰਿਸ਼ਨ ਦੀ ਯਾਦ ਦੇ ਵਿੱਚ ਇੱਕ ਬੁੱਤ ਬਣਿਆ ਹੋਇਆ, ਨਾ ਉਹਦੇ ਬਾਹਾਂ ਤੇ ਨਾ ਉਹਦੇ ਲੱਤਾਂ ਹੈ। ਉਹ ਲੱਤਾਂ ਤੇ ਬਾਹਾਂ ਤੋਂ ਬਿਨਾਂ ਇਨਸਾਨ ਨਕਾਰਾ ਏ। ਬਾਜਾਂ ਵਾਲੇ ਪਾਤਸ਼ਾਹ ਤੋਂ ਹਿੰਮਤ ਲੈ ਕੇ ਆਉਂਦੀ ਗੁਰਮੁਖ ਪਿਆਰਿਓ, ਜਦੋਂ ਪੰਜਵੀਂ ਆਵਾਜ਼ ਦਿੱਤੀ ਹੈ ਨਾ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਨੇ, ਕੋਈ ਸੂਰਮਾ ਕੋਈ ਯੋਧਾ ਉੱਠੇ ਤੇ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ ਕਰ ਦੇਵੇ, ਤਾਂ ਸਾਹਿਬ ਚੰਦ ਬਿਦਰ ਦੇ ਰਹਿਣ ਵਾਲਾ ਉੱਠ ਕੇ ਖੜਾ ਹੋ ਗਿਆ। ਗੁਰਮੁਖ ਸਾਹਿਬੀ ਬਾਜਾਂ ਵਾਲੇ ਪਾਤਸ਼ਾਹ ਨੇ ਉੱਥੋਂ ਲੈ ਕੇ ਆਉਂਦੀ ਹੈ ਜਿੱਥੇ ਕਿ ਬਿਦਰ ਰਹਿੰਦਾ ਸੀ, ਜੋ ਕਿ ਦੁਰਯੋਧਨ ਨਾਲ ਵਰ ਗਿਆ ਤਾ, ਉਹਨਾਂ ਦੇ ਸਰੀਕੇ ਦੇ ਵਿੱਚੋਂ ਉਹਨਾਂ ਦਾ ਭਾਈ ਲੱਗਦਾ ਸੀ। ਤਾਂ ਗੁਰਮੁਖ ਪਰ ਉਸ ਨੂੰ ਦਾਸੀ ਦਾ ਪੁੱਤਰ ਸਮਝ ਕੇ ਉਸ ਨੂੰ ਦੁਰੇ ਦੁਰੇ ਕਹਿ ਕੇ ਦਕਾਰਿਆ ਜਾਂਦਾ ਸੀ। ਕ੍ਰਿਸ਼ਨ ਉਹਨੂੰ ਮਿਲਣ ਦਾ ਗਿਆ, ਉਹਨੇ 36 ਪ੍ਰਕਾਰ ਦੇ ਖਾਣੇ ਜ਼ਰੂਰ ਦੁਰਯੋਧਨ ਦੇ ਠਕਰਾ ਦਿੱਤੇ, ਪਰ ਬਿਦਰ ਨੂੰ ਸਹਿਬੀ ਨਹੀਂ ਬਖਸ਼ ਸਕਿਆ, ਉਹਨੂੰ ਰਾਜ ਨਹੀਂ ਦਵਾ ਸਕਿਆ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਤੋਂ ਸਹਿਬੀ ਪੈਦਾ ਕੀਤੀ ਹੈ। ਪੰਜਾਂ ਸਿੰਘਾਂ ਦਾ ਸੀਸ ਚਟਕਣ ਤੋਂ ਬਾਅਦ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਸਤਲੁਜ ਦਰਿਆ ਤੋਂ ਪਵਿੱਤਰ ਜਲ ਮੰਗਾਇਆ। ਗੁਰਮੁਖ ਤੇ ਲੋਹ ਬਾਟੇ ਵਿੱਚ ਪਾ ਕੇ ਬਾਜਾਂ ਵਾਲੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਅਤੇ ਖੰਡਾ ਫੇਰਨਾ ਸ਼ੁਰੂ ਕੀਤਾ ਹੈ। ਖੰਡਾ ਸ਼ਬਦ ਹੈ ਫਾਰਸੀ ਦਾ, ਜਿਸ ਨੂੰ ਕਹਿੰਦੇ ਆ ਮੌਤ। ਬਾਜਾਂ ਵਾਲੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਮੌਤ ਭੁੱਲ ਕੇ ਪਿਆ ਦਿੱਤੀ ਅਤੇ ਮੌਤ ਦਾ ਖੌਫ ਵੀ ਚੱਕ ਦਿੱਤਾ ਹੈ। ਆਓ ਗੁਰਮੁਖ, ਜਦੋਂ ਅੰਮ੍ਰਿਤ ਤਿਆਰ ਹੋ ਗਿਆ, ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਇੱਕ ਚਿੜੇ ਨੂੰ ਇਸ਼ਾਰਾ ਕੀਤਾ ਹੈ। ਜਦੋਂ ਚਿੜੇ ਨੇ ਚੁੰਝ ਭਰੀ ਆ ਨਾ ਭਰੀਆਂ ਅੰਮ੍ਰਿਤ ਦੇ ਵਿੱਚੋਂ, ਤੇ ਜਾ ਕੇ ਬਾਜ ਦਾ ਦੁਬਾ ਦੁਬਾ ਕਰ ਦਿੱਤਾ, ਖੰਕ ਲਾ ਦਿੱਤੇ, ਉਸ ਨੂੰ ਟਾਲਿਆ ਹੈ। ਤਾਂ ਗੁਰਮੁਖ ਮਾਤਾ ਸਾਹਿਬ ਦੇਵਾਂ ਇਹ ਸੀਨ ਦੇਖ ਰਹੀ ਹੈ, ਲਿਆਣ ਕੇ ਮਿਠਾਸ ਵਿੱਚ ਖੋਲ ਦਿੱਤੀ ਹੈ, ਪਤਾਸੇ ਖੋਲ ਦਿੱਤੇ ਆ। ਆਓ ਬਾਜਾਂ ਵਾਲੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਜਿਵੇਂ ਖਾਲਸਾ ਪੰਥ ਸਾਜਿਆ, ਆਓ ਮਹਾਕਵੀ ਬਾਬੂ ਰਜਬ ਅਲੀ ਖਾਨ ਦੀ ਸਾਹੋ ਕੇ ਅੰਮ੍ਰਿਤਸਰ ਤੋਂ ਛੋਟੇ ਸ਼ਗਿਰਦ ਸੂਬੇਦਾਰ ਹਣ ਸਿੰਘ ਬਰਾੜ ਮਾਣੀ ਖਿਲਾੜੇ ਮੁੰਡ ਦੀ ਕੰਮ ਤੋਂ, ਜਿਵੇਂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਸਾਨੂੰ ਗ੍ਰਹਿਤਾ ਦੱਸੀਆਂ, ਜੋ ਸਾਨੂੰ ਹੁਕਮ ਦਿੱਤੇ। ਆਓ ਚਿਤਰੇ ਦੇ ਸ਼ੇਰਾਂ ਦਾ ਜਿਵੇਂ ਬਾਜਾਂ ਵਾਲੇ ਪਾਤਸ਼ਾਹ ਨੇ ਪੰਥ ਸਾਜਿਆ, ਉਹ ਸੀਨ ਸਾਹੋ ਕੇ ਵਾਲੇ ਜਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ। ਲੋ ਬਾਟੇ ਵਿੱਚ ਪਾ ਲਿਆ ਲੈ ਸਤਲੁਜ ਦਾ ਨੀਰ, ਆ ਬਹਿਆ ਤਬਣਾ ਰਿਹਾ ਸਿੱਖ ਧਰਮ ਦਾ ਪੀਰ। ਬਈ ਪਾਣੀ ਪਾ ਬਾਟੇ ਵਿੱਚ ਖੰਡਾ, ਸਤਗੁਰ ਵਿੱਚ ਫੇਰ ਦੇ ਖੰਡਾ, ਮੁੱਖ
ਮਾਰਚ 1699 ਦੀ ਵਿਸਾਖੀ ਵਾਲੇ ਦਿਨ ਐਸਾ ਪੰਥ ਸਾਜਿਆ, ਐਸਾ ਖਾਲਸਾ ਸਾਜਿਆ ਜਿਹੜਾ ਕਿ ਸੈਂਕੜਿਆਂ ਦੇ ਵਿੱਚ ਨਹੀਂ, ਹਜ਼ਾਰਾਂ ਦੇ ਵਿੱਚ ਨਹੀਂ, ਲੱਖਾਂ ਦੇ ਵਿੱਚ ਪਛਾਣਿਆ ਜਾਂਦਾ, ਕਿ ਗੁਰੂ ਦਾ ਸਿੰਘ ਖੜਾ ਹੈ, ਗੁਰੂ ਦਾ ਖਾਲਸਾ ਖੜਾ ਹੈ। ਗੁਰਮੁਖੋ, ਖਾਲਸਾ ਕਿਸੇ ਨੂੰ ਡਰਾਉਂਦਾ ਨਹੀਂ, ਕਿਸੇ ਨੂੰ ਧਮਕਾਉਂਦਾ ਨਹੀਂ, ਕਿਸੇ ਨੂੰ ਕਿਸੇ 'ਤੇ ਕੋਈ ਅਨਿਆਂ ਨਹੀਂ ਕਰਦਾ, ਕੋਈ ਅਤਿਆਚਾਰ ਨਹੀਂ ਕਰਦਾ। ਦਸ਼ਮੇਸ਼ ਤਬਾਜਾ ਵਾਲੇ ਪਾਤਸ਼ਾਹ ਨੇ ਐਸਾ ਖਾਲਸਾ ਸਾਜਿਆ ਜਿਹੜਾ ਕਿ ਸਦਾ ਹੀ ਅਤਿਆਚਾਰਾਂ ਦਾ ਖਾਤਮਾ ਕਰਦਾ ਹੈ, ਧੀਆਂ ਭੈਣਾਂ ਦੀ ਰੱਖਿਆ ਕਰਦਾ ਹੈ। ਗੁਰਮੁਖੋ, ਦਸ਼ਮੇਸ਼ ਤਬਾਜਾ ਵਾਲੇ ਪਾਤਸ਼ਾਹ ਜੀ ਦੀ ਜਦੋਂ ਖਾਲਸਾ ਪੰਥ ਸਾਜਿਆ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਹੋਈ ਆ, ਤਾਂ ਉਸ ਟਾਈਮ 'ਤੇ ਲਗਭਗ ਤਕਰੀਬਨ ਇਤਿਹਾਸ ਦੱਸਦਾ ਕਿ 20,000 ਹੋਰ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਹੈ, ਜਿਸ ਦੇ ਵਿੱਚ ਗੁਰਮੁਖੋ ਕਈ ਮੁਸਲਮਾਨ ਵੀ ਕਰਾਣੇ ਸਨ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ। ਔਰੰਗਜ਼ੇਬ ਬਾਦਸ਼ਾਹ ਦੇ ਵੀ ਵਿੱਚ ਜਸੂਸ ਬੈਠੇ ਹੋਏ ਸਨ। ਕਹਿੰਦੇ ਅਬਦੁੱਲਾ ਤਰਾਨੀ ਇੱਕ ਭੀਖਿਆ ਹੋਇਆ ਔਰੰਗਜ਼ੇਬ ਬਾਦਸ਼ਾਹ ਦਾ ਜਸੂਸ, ਉਹ ਵਿੱਚ ਬੈਠਾ, ਉਸਨੇ ਇਹ ਸਾਰਾ ਸੀਨ ਤੱਕਿਆ, ਗੁਰੂ ਸਾਹਿਬ ਨੇ ਜੋ ਇਹ ਕੌਤਕ ਕੀਤਾ ਹੈ। ਗੁਰਮੁਖੋ, ਕਹਿੰਦੇ ਉਸਨੇ ਆਖਰੀ ਰਿਪੋਰਟ ਭੇਜੀ ਆ ਔਰੰਗਜ਼ੇਬ ਬਾਦਸ਼ਾਹ ਨੂੰ, ਔਰੰਗਜ਼ੇਬ ਬਾਦਸ਼ਾਹ ਤੂੰ ਸੁਧਰ ਜਾ, ਕਿਉਂਕਿ ਅੱਜ ਜੋ ਮੇਰੇ ਸਾਹਮਣੇ ਮੈਨੂੰ ਸੀਨ ਤੱਕਿਆ ਨਾ, ਉਹ ਕੋਈ ਇਨਸਾਨ ਨਹੀਂ ਕਰ ਸਕਦਾ, ਉਹ ਸਿਰਫ ਤਾਂ ਸਿਰਫ ਉਹ ਅੱਲਾ, ਉਹ ਪਰਮਾਤਮਾ ਵਾਹਿਗੁਰੂ ਆਪ ਹੀ ਕਰ ਸਕਦਾ। ਮੇਰੇ ਸਾਹਮਣੇ ਪੰਜ ਸਿੱਖਾਂ ਦੇ ਸੀਸ ਕੱਟੇ ਗਏ, ਫਿਰ ਉਹਨਾਂ ਨੂੰ ਸੁਰਜੀਤ ਕੀਤਾ ਗਿਆ, ਐਸਾ ਪੰਥ ਸਾਜਿਆ ਇਹ ਗੁਰੂ ਨੇ ਕਿ ਜਿਹੜਾ ਕਿ ਅਤਿਆਚਾਰਾਂ ਜ਼ੁਲਮਾਂ ਦਾ ਨਾਸ਼ ਕਰੇਗਾ ਅਤੇ ਤੇਰਾ ਵੀ ਨਾਸ਼ ਹੋ ਜਾਵੇਗਾ ਜੇ ਤੂੰ ਗੁਰੂ ਨਾਲ ਟਕਰਾਵੇਂਗਾ। ਗੁਰਮੁਖ ਇਹ ਆਖਰੀ ਰਿਪੋਰਟ ਭੇਜੀ ਹੈ ਉਸ ਜਸੂਸ ਨੇ, ਕਹਿੰਦੇ ਉਸਨੇ ਵੀ ਅੰਮ੍ਰਿਤ ਪਾਨ ਕੀਤਾ ਹੈ। ਜਦੋਂ ਜਦੋਂ ਵੀ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਨਾ, ਜਿਸ ਵੀ ਦੁਸ਼ਮਣ ਨੇ, ਉਹ ਦੁਸ਼ਮਣ ਆਪ ਖਤਮ ਹੋ ਗਿਆ ਪਰ ਖਾਲਸਾ ਖਤਮ ਨਹੀਂ ਹੋਇਆ। ਗੁਰਮੁਖ, ਜਿਸ ਟਾਈਮ ਅਮੀਰ ਮੰਨੂ ਮੌਕੇ ਉਹਨੇ ਇੰਨੇ ਆਹੂ ਲਾਹੇ ਆ ਸਿੱਖਾਂ ਦੇ, ਇੱਕ ਕਹਾਵਤ ਚੱਲੀ ਸੀ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਗੁਰਮੁਖ, ਜਿਸ ਟਾਈਮ ਮੱਸਾ ਰੱਖਣਾ ਕੰਜੀਆਂ ਰਚਾਈਆਂ ਜਾ ਕੇ ਸਾਡੇ ਗੁਰਧਾਮ ਦੇ ਵਿੱਚ, ਤਾਂ ਗੁਰਮੁਖ ਸੁਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਉਹਨਾਂ ਨੇ ਜਾ ਕੇ ਮੱਸੇ ਰੱਖਣ ਦਾ ਸੀਸ ਕੱਟ ਦਿੱਤਾ। ਉਹ ਵੀ ਚਾਹੁੰਦਾ ਸੀ ਕਿ ਮੈਂ ਖਾਲਸਿਆਂ ਦਾ ਖਾਤਮਾ ਕਰ ਦਿੱਤਾ ਹੈ। ਫਿਰ ਇੰਦਰਾ ਮੌਕੇ ਸੋਚਿਆ ਮੈਨੇ ਵੀ ਮੈਂ ਖਾਲਸਿਆਂ ਦਾ ਖਾਤਮਾ ਕਰ ਦਿੱਤਾ ਹੈ, ਮੇਰੇ ਕੋਲੋਂ ਕਿਤੇ ਹੱਕ ਨਾ ਮੰਗਣ। ਪਰ ਗੁਰਮੁਖੋ, ਫਿਰ ਨਿਤਰਿਆ ਸਤਵੰਤ ਸਿੰਘ ਅਤੇ ਬੇਅੰਤ ਸਿੰਘ, ਉਹਨਾਂ ਨੇ ਜਾ ਕੇ ਇੰਦਰਾ ਦਾ ਖਾਤਮਾ ਕੀਤਾ। ਅਸੀਂ ਉਹ ਅਨਿਆਲੇ ਤੀਰ ਤਾਂ ਜੋ ਕਦੇ ਨਾ ਉੱਕੇ, ਅਸੀਂ ਵੈਰੀ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ, ਅਸੀਂ ਧੌਣ ਚਕਾਈ ਆਕੜੀ ਜੋ ਮੋਢਿਆਂ ਤੋਂ ਥੁੱਕੇ, ਸਾਰੀ ਦੁਨੀਆ ਡਰਦੀ ਮੌਤ ਤੋਂ, ਮੌਤ ਸਿੰਘਾਂ ਤੋਂ ਨੁੱਕੇ, ਇਹ ਗੱਲ ਅਨੋਖੀ ਚੀਮਿਆ ਸਾਡੇ ਤੇ ਟੁੱਕੇ, ਸਾਨੂੰ ਮਾਰਨ ਵਾਲੇ ਮਰ ਗਏ ਪਰ ਸਿੰਘ ਨਹੀਂ ਮੁੱਕੇ। ਆਓ ਪਿਆਰੋ, ਜਿਵੇਂ ਜਿਵੇਂ ਸਾਡੇ ਸਿੱਖਾਂ ਦੇ ਉੱਤੇ ਤਸ਼ੱਦਦ ਹੋਇਆ, ਸਾਡੇ ਸਿੰਘਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਅਤੇ ਸਿੰਘ ਹੋਰ ਨਿਖਰ ਨਿਖਰ ਤੇ ਆਏ ਆ, ਜਦ ਵੀ ਜ਼ੁਲਮ ਸਿੱਖਾਂ 'ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ। ਮਹਾਂਕਵੀ ਬਾਬੂ ਰਜਬ ਅਲੀ ਖਾਨ ਜੀ ਸਾਹਿਬ ਕਿਆਲਸਾ ਦੇ ਛੋਟੇ ਸ਼ਗਿਰਦ, ਸੂਬੇਦਾਰ ਹਣ ਸਿੰਘ ਬਰਾੜ, ਮਾਣੀ ਖਲੇਵਾਲ ਦੀ ਕਲਮ ਤੋਂ ਉਹਨਾਂ ਦੇ ਸੇਵਕ ਜਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਵੀ ਜ਼ਾਲਮ ਜ਼ੁਲਮ ਕਮਾਵਾਂ ਦੇ ਲਾ ਕਰੇ ਆਪਣਾ ਜ਼ੋਰ, ਪਰ ਆਉਂਦੇ ਸਿੱਖ ਸਾਹਮਣੇ ਨਿਖਰ ਨਿਖਰ ਕੇ ਹੋਰ। ਬਈ ਆ ਗੱਲ ਤਵਾਰੀਖ ਨੇ ਮਾਨੀ, ਨਾਨਕ ਸਿੱਖ ਧਰਮ ਦੇ ਬਾਨੀ, ਆ ਗਿਆ ਚੜ ਇੰਡੀਆ ਤੇ ਬਾਬਰ, ਬਹੁਤੇ ਜ਼ੁਲਮ ਕਮਾ ਗਿਆ ਜਾਬਰ, ਕਰ ਬਹੁਤੀ ਲੁੱਟ ਮਾਰ ਗਿਆ
ਲੋਕੀ ਜੰਗ ਮੁਗਲਾਂ ਤੋਂ ਲੋਟੀ ਹਾਰ ਗਿਆ ਮਾਰੇ ਮਰਦ ਕਾਟ ਕਰ ਕੰਨੀਆਂ ਹੋਈਆਂ ਸੱਚ ਵਿਆਈਆਂ ਰੰਡੀਆਂ ਹਨ ਏਤੀ ਮਾਰ ਪਈ ਕਰ ਲਾਣੇ ਮਿੱਠੇ ਫੁਰ ਕਰ ਮੰਨ ਲੈ ਪਾਣੇ ਜੋ ਵਰਤਾ ਕਰ ਤਾਰ ਦਿੱਤੇਗੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਕਾਰ ਦਿੱਤੇ ਰਹਿਣ ਮਾਰਦੇ ਛਾਪੇ ਪਾਤੇ ਸੂਬਿਆਂ ਦੇ ਗਲ ਸਿਆਪੇ ਉਹਨਾਂ ਸਤਹ ਹਥਿਆਰ
ਹਕੂਮਤ ਚਲਦੀ ਕਰਤੀ ਨੀ ਸੇਵਾ ਭਾਵ ਬੜਾ ਸੀ ਅੰਦਰ ਮੜਤਾ ਸੋਹਣੇ ਬਲਵਾ ਹਮੰਦਰ ਪੂੰਗੇ ਨਵੇਂ ਅਸਾਰ ਦਿੱਤੇ ਨੇ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰਨ ਕਾਰ ਦਿੱਤੇ ਧੰਨਵਾਦੀ ਹਾਂ ਸਮੁੱਚੀ ਮੈਨੇਜਮੈਂਟ ਦੇ ਧੰਨਵਾਦੀ ਜਿਨ੍ਹਾਂ ਨੇ ਕਿ ਬਹੁਤ ਸਾਰਾ ਮਾਣ ਬਖਸ਼ਿਆ ਹੈ ਇੱਕ ਦੋ ਮਿੰਟ ਉੱਤੇ ਹੋ ਗਏ ਨੇ ਕਿਉਂਕਿ ਬਾਅਦ ਵਿੱਚ ਦੱਸਿਆ ਸਕੱਤਰ ਸਾਹਿਬ ਨੇ ਵੀ ਤੁਸੀਂ ਇੰਨੇ ਮਿੰਟ ਲਾਉਣੇ ਆ ਪਰ ਜਦੋਂ ਕੇਰਾ ਖੁਸ਼ੀ ਦੀ ਲਹਿਰ ਚੱਲ ਪਏ ਕਵਿਤਾ ਚੱਲ ਪਏ ਫਿਰ ਰੁਕਣਾ ਬੜਾ ਔਖਾ ਹੁੰਦਾ ਹੈ ਆਓ ਗੁਰਮੁਖੋ ਸਾਡੇ ਸਤਿਕਾਰਯੋਗ ਰਣਜੀਤ ਸਿੰਘ ਜੀ ਖਹਿਰੇ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸਮੁੱਚੀ ਇਸ ਕਵਰ ਦਾ ਪ੍ਰੋਗਰਾਮ ਨੂੰ ਕਵਰ ਕੀਤਾ ਹੈ ਬੁਲਾਓ ਫਤਿਹ ਸਮੁੱਚਿਆ ਸਿੱਖ ਸੰਗਤਾਂ ਦਾ ਧੰਨਵਾਦ ਅਤੇ ਇਤਿਹਾਸ ਬੋਲਦਿਆਂ ਕਈ ਵਾਰ ਕੋਈ ਗਲਤ ਸ਼ਬਦ ਕਿਹਾ ਜਾਂਦਾ ਹੈ ਸੋ ਸਾਹ ਸੰਗਤ ਗੁਰੂ ਸਾਹਿਬ ਬਖਸ਼ਣਹਾਰਾ ਜੀ ਬੁਲਾਓ ਫਤਿਹ ਕੱਢ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸ਼ੋਭਿਤ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਤੁਸੀਂ ਜਗਦੇਵ ਸਿੰਘ ਜੀ ਸਾਹੂਕੇ ਵਾਲਾ ਤੋਂ ਸਿੱਖ ਇਤਿਹਾਸ ਸਰਵਣ ਕੀਤਾ ਅਸੀਂ ਭਾਈ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਲਬਰਟਾ ਗਵਰਨਮੈਂਟ ਵੱਲੋਂ ਘਰਾਂ ਦੇ ਵਾਸਤੇ ਇੱਕ ਸਕੀਮ ਲਾਂਚ ਕੀਤੀ ਗਈ ਹੈ ਜਿਹਦੇ ਵਿੱਚ ਕਿ ਮੁਫਤ ਦੇ ਵਿੱਚ ਘਰਾਂ ਦੇ LED ਬਲਬਸ ਸ਼ਾਵਰ ਇੰਸਟਾਲ ਕੀਤੇ ਜਾਣਗੇ ਜਿਨ੍ਹਾਂ ਦਾ ਕੋਈ ਚਾਰਜ ਨਹੀਂ ਹੋਏਗਾ ਇਹ ਇੱਕ ਐਨਰਜੀ ਸੇਵਿੰਗ ਪ੍ਰੋਗਰਾਮ ਹੈ ਅਲਬਰਟਾ ਸਰਕਾਰ ਵੱਲੋਂ ਅਤੇ ਇਹਦੇ ਲਈ ਤੁਸੀਂ ਥੱਲੇ ਲੰਗਰ ਹਾਲ ਦੇ ਵਿੱਚ ਰਜਿਸਟਰ ਕਰਾ ਸਕਦੇ ਹੋ ਜਿਨ੍ਹਾਂ ਨੇ ਵੀ ਰਜਿਸਟਰ ਕੀਤਾ ਹੋਏਗਾ ਉਹਨਾਂ ਦੇ ਘਰ ਦੇ ਵਿੱਚ ਇੰਸਟਾਲਰਸ ਆ ਕੇ LED ਬਲਬਸ ਅਤੇ ਸ਼ਾਵਰਸ ਫਰੀ ਆਫ ਕੋਸਟ ਚੇਂਜ ਕਰਕੇ ਜਾਣਗੇ ਇੱਕ ਸਮਾਰਟ ਸਿਟੀ ਦਾ ਕਾਰਡ ਇੱਥੇ ਸਾਡੇ ਕੋਲ ਆਇਆ ਹੈ ਜਿਸ ਕਿਸੇ ਦਾ ਵੀ ਹੋਏ ਉਹ ਇੱਥੋਂ ਆ ਕੇ ਲੈ ਸਕਦੇ ਨੇ ਨਾਓ ਵੀ ਹੈਵ ਅਵਰ ਆਨਰੇਬਲ ਮਿਨਿਸਟਰਸ ਹੇਅਰ I would like to request Honorable Minister Krishna Grey, MLA from Millwoods, to say some words to our community on Vaisakhi. Thank you. Sat Sri Akal. Waheguru Ji Ka Khalsa, Waheguru Ji Ki Fateh. Very pleased to join you here in traditional Treaty 6 land in one of the most diverse areas of our province. And I'm very thrilled to be here to celebrate Vaisakhi with you. On behalf of the Premier of Alberta and my entire government caucus, we wish you a happy Vaisakhi. I'm very pleased because Vaisakhi is such an important time of new beginnings and celebration, a chance to celebrate the harvest, the Sikh New Year, and of course, most importantly, the birth of the Khalsa.
In this time of festivity, I would like to wish each of you continued prosperity, success, and joy in the coming year and the many years to come. This year, I'm also very happy to celebrate with you that in April 2017, the Government of Alberta has declared the month of Sikh Heritage Month in Alberta. This is a special recognition to honor the tremendous contributions of the Sikh community in our great province. Your hard work, traditions, values, and rich culture are priceless in the way that they've contributed to the building of Alberta. And the Sikh community has been contributing to Alberta for more than 100 years. And so we wanted to make sure that we recognize those contributions to making Alberta a more vibrant and diverse province. I'm very honored to represent my constituents of Sikh heritage and humbled to have a small part in celebrating the many contributions your community has made to the cultural richness of our province. So in this time of new beginnings, I'd like to once again confirm that Alberta welcomes everyone and that we're so proud of the many people that come from different parts of the world and have chosen to make Alberta their home. In this time of celebration, let us all continue to work together to make Alberta the best place to live for everyone. And I look forward to working with you as a partner to do that. Today, we are bringing you information about the energy efficiency programs the Government of Alberta has launched. No charge installation for energy efficiency products in your home. This is one of the small ways that we are working to make life more affordable. So I hope you'll reach out to me in my office, in my capacity as MLA for Mill Woods, should you ever need anything. I'm very pleased to be here, and I truly wish each of you and your loved ones all the best as you celebrate Vaisakhi in the Sikh community. Waheguru Ji Ka Khalsa, Waheguru Ji Ki Fateh. And now I would like to invite Mr. Rod Loyola, MLA from Ellerslie, to say some words on Vaisakhi. Thank you. Waheguru Ji Ka Khalsa, Waheguru Ji Ki Fateh. Sat Sri Akal, everyone. I want to wish you all a very happy Vaisakhi. And I know at this time of new beginnings, we continue to forge ahead and try to make Alberta the best province that we can possibly make it. I want to say something that's so important for me, and I know that it's important for many of you, and that is that we celebrate diversity here in this great province. Making sure to recognize all the different ethnic groups that are here and that we treat each other as brothers and sisters, as one community. But more importantly than diversity, we must also work towards inclusion. We must continue to work hard, and I can say that I'm a champion for this inside of our government, that we continue to make sure that in the public service, for example, we have more people ethnically representing at the higher levels of government. And this is something that we're taking on and we're slowly working towards. I'm happy to say that I've been working closely with a lot of the Sikh community, specifically on the OHV helmet exemption for Sikhs. This is something that we've now accomplished here in the province, and now we're slowly working towards the motorcycle helmet exemption, which we hope to attain this year with your support and your effort along with mine. But I want to say one of the most important things about diversity is that we get to learn from one another. And for me, I've delved in and I started to read the Khalsa. And here on this day on Vaisakhi, when we celebrate, you know, the 10th Guru, Guru Gobind Singh, and his contribution and the birth of the Khalsa, it's so important that we get the values and the principles of the Khalsa out to each and every Albertan. Because we start recognizing that we're not that different, that we have a lot more in common. For example, for me, when I read through the Khalsa and I read about the compassion that it calls on us as a community to have towards one another, that we share in the prosperity, that we work towards working together and helping one another in our communities, and then most importantly, that we have a strong sense of justice. These are all things that I carry within me and resonate with me, and I can honestly say that although I'm not a Sikh, they are words that I take and I carry here in my heart and influence me as I continue to work hard with all of you
in representing you in our government. I want to say that we're working very hard to make life more affordable for each and every Albertan by lowering school fees by 25%. Next September, when your kids go into school, you'll be paying 25% less in school fees. There's going to be school nutrition programs throughout the entire province. And we've also put a freeze on tuition for post-secondary students. And these are the ways that we're working along with all of you and all Albertans to make life more affordable. So ladies and gentlemen, I want to thank you for the opportunity to be here with you today once again. And I wish you all a very happy Vaisakhi. Waheguru Ji Ka Khalsa, Waheguru Ji Ki Fateh. ਸੰਗਤਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ VR6 ਨਾਮ ਦੀ ਇੱਕ ਮੁਹਿੰਮ ਸੋਸ਼ਲ ਮੀਡੀਆ ਉੱਤੇ ਨਾਰਥ ਅਮਰੀਕਾ ਦੇ ਸਿੱਖਾਂ ਦੁਆਰਾ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਕਿ ਸਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਫੇਸਬੁੱਕ 'ਤੇ VR6 ਦੇ ਉੱਤੇ ਜਾ ਕੇ ਦਸਤਾਰ ਨੂੰ ਸਪੋਰਟ ਕਰਦੇ ਹੋਏ ਅਸੀਂ ਆਪਣੀ ਪ੍ਰੋਫਾਈਲ ਪਿਕਚਰ VR6 ਦੇ ਅੰਡਰ ਚੇਂਜ ਕਰ ਸਕਦੇ ਹਾਂ